ਇਹੀ ਵਿਚਾਰ ਜਿਹੜਾ ਇਸ 'ਤੇ ਕਿਸੇ ਨੂੰ ਕੋਈ ਕੁਸਚਨ ਹੋਵੇ ਕੋਈ ਤਾਂ ਉਹ ਸਾਡੇ ਵੀਰਾਂ ਨੂੰ ਲਿਖ ਕੇ ਦੇ ਸਕਦੇ ਆ ਅਤੇ ਅੰਤ ਦੇ ਵਿੱਚ ਜਦੋਂ ਸਾਰੇ ਹੀ ਬੁਲਾਰੇ ਜਦੋਂ ਆਪਣਾ ਜਿੰਨਾ ਵੀ ਉਹਨਾਂ ਦਾ ਮਤਲਬ ਪ੍ਰੋਗਰਾਮ ਹੈ ਪੂਰਾ ਹੋਏਗਾ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਵਿਚਾਰ ਦੇਣ ਦੀ। ਅਤੇ ਹੁਣ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਹਰ ਮਨੁੱਖ ਦੇ ਵਿੱਚ ਇੱਕ ਸਵਾਲ ਹੈ। ਕਈ ਲੋਕ ਸ੍ਰਿਸ਼ਟੀ ਦੀ ਹੋਂਦ ਦੀ ਗੱਲ ਕਰਦੇ ਆ ਕਿ ਇਹ ਕਿਵੇਂ ਹੋਈ, ਕਿਸ ਤਰ੍ਹਾਂ ਹੋਈ। ਗੁਰਮਤ ਦਾ ਵੀ ਆਪਣਾ ਇੱਕ ਇਹਦੇ ਵਿੱਚ ਇੱਕ ਸਿਧਾਂਤ ਹੈ, ਹੋਰ ਜਿਹੜਾ ਬਿਲਕੁਲ ਹੀ ਤਰਕ ਦੇ ਆਧਾਰ 'ਤੇ ਲੌਜਿਕ 'ਤੇ ਬੇਸਡ ਹੈ। ਅਤੇ ਉਸ ਸਿਧਾਂਤ ਦੇ ਵਿੱਚ ਆਮ ਤੌਰ 'ਤੇ ਇਸ ਦੇ ਪਿੱਛੇ ਕਿਹੜੀ ਫੋਰਸ ਹੈ, ਕਿਹੜੀ ਸ਼ਕਤੀ ਹੈ ਜਿਹੜੀ ਇਸ ਦੇ ਪਿੱਛੇ ਕੰਮ ਕਰ ਰਹੀ ਹੈ, ਜਾਂ ਕਈ ਦੂਜੇ ਸ਼ਬਦਾਂ 'ਚ ਅਸੀਂ ਇਹ ਕਹਿ ਸਕਦੇ ਹਾਂ ਕਿ ਕੀ ਰੱਬ ਦੀ ਹਸਤੀ ਹੈ। ਸੋ ਅਸੀਂ ਨਿਮੰਤਰਣ ਦੇਵਾਂਗੇ ਪ੍ਰੋਫੈਸਰ ਇੰਦਰ ਸਿੰਘ ਜੀ ਘੱਗਾ ਨੂੰ, ਜੋ ਕਿ ਬਹੁਤ ਅੱਛੇ ਵਿਦਵਾਨ ਨੇ, ਬਹੁਤ ਸਾਰੀਆਂ ਪੁਸਤਕਾਂ ਦੇ ਲਿਖਾਰੀ ਵੀ ਹੈਗੇ, 20 ਤੋਂ ਵੱਧ ਇਹਨਾਂ ਦੀਆਂ ਪੁਸਤਕਾਂ ਨੇ, ਹੋਰ ਯਾਨੀ ਕਿ ਸੈਂਕੜੇ ਘੰਟਿਆਂ ਦੀ ਇਹਨਾਂ ਦੀਆਂ ਸੀਡੀਆਂ ਵੀ ਰਿਕਾਰਡ ਨੇ, ਔਰ ਇੱਕ ਨਵੀਂ ਸੋਚ ਲੈ ਕੇ, ਇੱਕ ਵਿਗਿਆਨ ਸਿੱਖ ਧਰਮ ਦੇ ਵਿੱਚ ਨਵਾਂ ਵਿਗਿਆਨਿਕ ਦ੍ਰਿਸ਼ਟੀਕੋਣ ਲੈ ਕੇ ਵਿਚਰ ਰਹੇ ਨੇ। ਅਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਵਿਸ਼ੇ 'ਤੇ ਕਿ ਗੁਰਮਤ ਦੇ ਵਿੱਚ ਰੱਬ ਦਾ ਸੰਕਲਪ ਕੀ ਹੈ, ਇਸ ਵਿਸ਼ੇ 'ਤੇ ਆ ਕੇ 25 ਮਿੰਟ ਜਾਂ ਇਸ ਤੋਂ ਜਿੰਨਾ ਵੀ ਉਹ ਯੋਗ ਸਮਾਂ ਸਮਝਦੇ ਆ ਆਪਣੇ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨਗੇ। ਗੁਰੂ ਪਿਆਰੇ ਵੀਰੋ, ਭੈਣੋ ਅਤੇ ਨੌਜਵਾਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਦੀ ਹੋਂਦ, ਹਸਤੀ ਜਾਂ ਰੱਬ ਦੀ ਸ਼ਖਸੀਅਤ, ਇਹਦੇ ਬਾਰੇ ਜੋ ਸਮਾਂ ਮੈਨੂੰ ਮਿਲਿਆ ਹੈ ਇਹਦਾ ਦੱਸਣ ਦਾ ਮੈਂ ਯਤਨ ਕਰਾਂਗਾ। ਪਹਿਲੀ ਗੱਲ ਤਾਂ ਇਹ ਕਿ ਰੱਬ ਬਾਰੇ ਗੁਰਬਾਣੀ ਨੇ, ਗੁਰੂ ਸਾਹਿਬਾਨ ਨੇ ਕੋਈ ਦਾਅਵਾ ਨਹੀਂ ਕੀਤਾ ਕਿ ਰੱਬ ਦੀ ਸ਼ਕਲ ਇਹੋ ਜਿਹੀ ਹੈ। ਉਹਨੂੰ ਨਿਰਆਕਾਰ ਆਖਿਆ। ਗੁਰਬਾਣੀ ਦੇ ਵਿੱਚੋਂ ਬੇਅੰਤ ਪ੍ਰਮਾਣ ਇਹੋ ਜਿਹੇ ਦਿੱਤੇ ਜਾ ਸਕਦੇ ਨੇ, ਜਿਵੇਂ ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਤੂੰ ਇੱਕ ਦਰਿਆ ਹੈ, ਮੈਂ ਮੱਛੀ ਦੀ ਨਿਆਈ ਹਾਂ, ਮੈਂ ਤੇਰਾ ਅੰਤ ਕਿਵੇਂ ਪਾ ਸਕਦਾ ਹਾਂ। ਇਸੇ ਤਰ੍ਹਾਂ ਮੁਕਾਮ ਤਿਸ ਨੂੰ ਆਖੀ ਹੈ, ਜੇ ਸਿਸ ਨਾ ਹੋਵੀ ਲੇਖ, ਜਿਸ ਦੀ ਕੋਈ ਹੱਦ ਨਾ ਹੋਵੇ ਉਸ ਨੂੰ ਆਪਾਂ ਕਿਵੇਂ ਬਿਆਨ ਕਰੀਏ, ਕਿਉਂਕਿ ਸਾਡੀ ਬੁੱਧੀ ਕਿਸੇ ਹੱਦ ਦੇ ਵਿੱਚ ਹੈ। ਜਿੰਨੀ ਕੁ ਸਾਡੀ ਪਹੁੰਚ ਹੈ, ਸਟੱਡੀ ਹੈ, ਸਾਧਨ ਨੇ, ਅਸੀਂ ਤਾਂ ਉਹਨਾਂ ਕੀ ਦੱਸ ਸਕਦੇ ਹਾਂ, ਉਦੋਂ ਵੱਧ ਅਸੀਂ ਕਿਵੇਂ ਦੱਸਾਂਗੇ। ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਧਰਤੀ ਆਕਾਸ਼ ਸਾਰੇ ਚੱਲ ਰਹੇ ਨੇ, ਪਰ ਸਾਡੀ ਬੁੱਧੀ ਤਾਂ ਬੜੀ ਸੀਮਤ ਹੈ ਨਾ, ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ। ਵਿਗਿਆਨੀ ਵੀ ਖੋਜਾਂ ਕਰਕੇ, ਹਾਲਾਂਕਿ ਉਹਨਾਂ ਕੋਲ ਬਹੁਤ ਸਾਧਨ ਨੇ, ਸਰਕਾਰਾਂ ਵੱਲੋਂ ਬਹੁਤ ਸਹਾਇਤਾ ਮਿਲਦੀ ਹੈ, ਉਹ ਅਕਲਬੰਦ ਵੀ ਬਹੁਤ ਨੇ, ਪਰ ਉਹ ਵੀ ਕਿਸੇ ਨਾ ਕਿਤੇ ਜਾ ਕੇ ਹੱਥ ਖੜੇ ਕਰਦੇ ਨੇ, ਹੁਣ ਇਦੋਂ ਅੱਗੇ ਦਾ ਸਾਨੂੰ ਨਹੀਂ ਪਤਾ। ਜਿਹੜੀ ਚੀਜ਼ ਸਾਡੀ ਸੀਮਾ ਤੋਂ ਬਾਹਰ ਹੈ ਉੱਥੇ ਕਹਿਣਾ ਪੈਂਦਾ ਕਿ ਇਦੋਂ ਅੱਗੇ ਹੋਰ ਸਾਨੂੰ ਨਹੀਂ ਪਤਾ। ਸਤਿਗੁਰੂ ਇਦੋਂ ਪਹਿਲਾਂ 500 ਸਾਲ ਪਹਿਲਾਂ ਕਹਿ ਰਹੇ ਨੇ ਅਸਮਾਨ ਧਰਤੀ ਚੱਲ ਸੀ, ਅਸਮਾਨ ਧਰਤੀ ਆਦਿਕ ਸਾਰਾ ਬ੍ਰਹਿਮੰਡ ਚੱਲ ਰਿਹਾ, ਆਪਣੇ ਕਿਸੇ ਧੁਰੇ ਦੁਆਲੇ ਘੁੰਮ ਰਿਹਾ। ਦਿਨ ਰੱਬ ਚੱਲੈ, ਨਿਸਸਸ ਚੱਲੈ, ਦਿਨ ਵੀ ਚੱਲਦਾ, ਰਾਤ ਵੀ ਚੱਲਦੀ ਹੈ, ਸੂਰਜ ਵੀ ਘੁੰਮਦਾ, ਚੰਦਰਮਾ ਵੀ ਘੁੰਮਦਾ, ਧਰਤੀ ਵੀ ਘੁੰਮਦੀ ਹੈ। ਕਈਆਂ ਨੇ ਮੈਨੂੰ ਪਹਿਲਾਂ ਸਵਾਲ ਕੀਤਾ ਕਿ ਸੂਰਜ ਚੱਲਦਾ ਇਹ ਕਿਤੇ ਲਿਖਿਆ ਹੋਇਆ ਹੈ, ਖਰਗੋਸ਼ ਕਰਨ 'ਤੇ ਇਹ ਵੀ ਲੱਭ ਗਿਆ ਇਹ ਰੱਬ ਸੱਸ ਚੱਲੈ, ਸੂਰਜ ਚੱਲਦਾ। ਅਤੇ ਗੁਰਬਾਣੀ 'ਚ ਇਹੋ ਜਿਹੇ ਵਿਗਿਆਨਿਕ ਤੱਥ ਵੀ ਬੇਅੰਤ ਮਿਲ ਜਾਂਦੇ ਨੇ। ਸ਼ਰਧਾ ਵਾਲੇ ਤਾਂ ਕੇਵਲ ਮੱਥਾ ਟੇਕ ਕੇ ਰਹਿ ਜਾਂਦੇ ਨੇ, ਅਤੇ ਹੋਰ ਬਹੁਤ ਜਿਹੜਾ ਗਿਆਨ ਦਾ ਚਾਨਣਾ ਅਸੀਂ ਉਹਨੂੰ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਗਏ। ਦਿਨ ਰੱਬ ਚੱਲੈ, ਨਿਸਸਾ ਚੱਲੈ, ਤਾਰਕਾ ਲੱਖ ਪਲੋਏ, ਆ ਤਾਰਕਾ ਬ੍ਰਹਿਮੰਡ ਸਾਰੇ ਦਾ ਸਾਰਾ ਇਹ ਵੀ ਚੱਲ ਰਿਹਾ ਆਪਣੇ ਆਪ ਦੇ ਵਿੱਚ। ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ, ਅਸਲੀ ਮੁਕਾਮ ਤਾਂ ਉਹੀ ਹੈ ਜਿਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਭਾਵ ਨਿਰੰਕਾਰ ਦਾ ਮੁਕਾਮ ਸਿਥਰ ਹੈ, ਉਹ ਕਿੱਥੇ ਹੈ, ਕਿਵੇਂ ਹੈ, ਕਿਹੋ ਜਿਹਾ ਉਹ ਸਾਨੂੰ ਪਤਾ ਨਹੀਂ ਹੈ। ਹੁਣ ਇੱਥੇ ਜਿਹੜੀ ਮੈਂ ਬੇਨਤੀ ਕਰਨ ਲੱਗਾ, ਮੇਰੇ ਵਰਗੇ ਨੂੰ ਆਪਣੇ ਸਰੀਰ ਬਾਰੇ ਵੀ ਪਤਾ ਨਹੀਂ ਹੈ ਕਿ ਮੇਰਾ ਸਰੀਰ ਕਿਵੇਂ ਚੱਲਦਾ। ਛੋਟਾ ਜਿਹਾ ਸਰੀਰ 'ਚ ਕੋਈ ਨੁਕਸ ਪੈ ਜਾਵੇ ਤਾਂ ਡਾਕਟਰ ਕੋਲ ਜਾਣਾ ਪੈਂਦਾ, ਜੇ ਅੱਗੋਂ ਡਾਕਟਰ ਮਜ਼ਾਕ ਕਰਦੇ ਵੀ ਸਰੀਰ ਤੇਰਾ, ਤੈਨੂੰ ਪਤਾ ਹੋਵੇਗਾ ਕੀ ਹੋਇਆ, ਮੈਂ ਕੀ ਜਾਣਦਾ ਇਹਦੇ ਬਾਰੇ, ਤਾਂ ਅਸੀਂ ਆਖਿਆ ਕਿ ਡਾਕਟਰ ਸਾਹਿਬ ਸੱਚੀ ਗੱਲ ਹੈ, ਮੈਂ ਆਪਣੇ ਸਰੀਰ ਬਾਰੇ ਨਹੀਂ ਜਾਣਦਾ, ਇਹ 'ਚ ਤਕਲੀਫ ਕਿਉਂ ਹੈ, ਤੁਸੀਂ ਜਾਣਦੇ ਹੋ। ਅਸੀਂ ਸਰੀਰ ਬਾਰੇ ਨਹੀਂ ਜਾਣਦੇ, ਪਰ ਆਕਾਸ਼ ਨੂੰ ਟਾਕੀਆਂ ਲਾ ਰਹੇ ਹੁੰਦੇ ਹਾਂ ਕਿ ਰੱਬ ਬਾਰੇ ਜਾਣਦੇ ਹਾਂ, ਇਹਨੂੰ ਆਮ ਤੌਰ 'ਤੇ ਵੀ ਚੱਲ ਰਹੇ। ਸਾਡੇ ਕਥਾਵਾਚਕ ਸਟੇਜਾਂ 'ਤੇ ਰੱਬ ਦਾ ਇਹੋ ਜਿਹਾ ਸਰੂਪ ਪੇਸ਼ ਕਰਨਗੇ ਕਿ ਬੰਦਾ ਆਸ਼ਾ 'ਚ ਘਰ ਹੁੰਦਾ ਕਿ ਇਹ ਤਾਂ ਬੰਦਾ ਹੁਣੇ ਰੱਬ ਨੂੰ ਮਿਲ ਕੇ ਆਇਆ ਲੱਗਦਾ। ਹਾਲਾਂਕਿ
ਕੋਈ ਵੀ ਸਵਾਲ ਕਰਦੀ ਹੈ ਉਹ ਫਿਰ ਨੀਵੀ ਪਾ ਜਾਂਦੇ ਨੇ, ਆਉਂ ਗਾਉਂ ਕਰ ਜਾਂਦੇ ਨੇ, ਜਵਾਬ ਨਹੀਂ ਦੇ ਸਕਦੇ। ਪਰ ਸਟੇਜ 'ਤੇ ਬਹਿ ਕੇ ਇਉਂ ਲੱਗਦਾ ਉਹਨਾਂ ਨੂੰ ਕਿ ਬਸ ਰੱਬ ਨਾਲ ਦੋਸਤੀ ਸਾਡੀ ਹੀ ਹੈ, ਹੋਰ ਕੋਈ ਜਾਣਦੇ ਨਹੀਂ ਰੱਬ ਬਾਰੇ। ਗੁਰੂ ਨਾਨਕ ਸਾਹਿਬ ਤਾਂ ਵਾਰ ਵਾਰ ਕਹਿ ਰਹੇ ਨੇ ਕਿ ਰੱਬ ਬਾਰੇ ਦੱਸਿਆ ਨਹੀਂ ਜਾ ਸਕਦਾ ਜਦੋਂ ਉਹਦਾ ਕੋਈ ਸਰੂਪ ਹੀ ਨਹੀਂ, ਉਹਦਾ ਕੋਈ ਸਰੀਰ ਨਹੀਂ, ਉਹ ਜਨਮ ਨਹੀਂ ਲੈਂਦਾ, ਨਾ ਉਹਦੇ ਮਾਤਾ ਪਿਤਾ ਨੇ, ਨਾ ਭੈਣ ਭਰਾ ਨੇ, ਨਾ ਕੋਈ ਉਹਦੀ ਪਤਨੀ ਆਦਿਕ ਹੈ, ਕੋਈ ਰਿਸ਼ਤਾ ਉਹਦਾ, ਕੋਈ ਸਰੀਰ ਨਹੀਂ ਹੈ। ਤਾਂ ਇਸ ਗੱਲ 'ਤੇ ਕਾਹਨੂੰ ਜ਼ੋਰ ਲਾਈਏ? ਸਭ ਤੋਂ ਜ਼ਿਆਦਾ ਜਿਹੜੀ ਗੱਲ 'ਤੇ ਜ਼ੋਰ ਲਾਉਣਾ ਸੀ ਉਹ ਇਹ ਸੀ ਕਿ ਧਰਤੀ ਦੇ ਉੱਤੇ ਜਿਉਣਾ ਕਿਵੇਂ ਹੈ, ਧਰਤੀ 'ਤੇ ਰਹਿਣਾ ਕਿਵੇਂ ਹੈ, ਸਿੱਖਣਾ ਤਾਂ ਇਹ ਸੀ। ਇਹ ਸਾਨੂੰ ਭੁਲਾ ਦਿੱਤਾ ਗਿਆ। ਸਾਨੂੰ ਪਹਿਲਾਂ ਤਾਂ ਰੱਬ ਦੀ ਇੱਕ ਗੁੰਝਲਦਾਰ ਸ਼ਖਸੀਅਤ ਸਾਡੇ ਸਾਹਮਣੇ ਪੇਸ਼ ਕਰ ਦਿੱਤੀ, ਅਤੇ ਹੁਣ ਫਿਰ ਖੁਸ਼ ਕਿਵੇਂ ਹੁੰਦਾ? ਇਹਦੀ ਪੂਜਾ ਕਰੋ ਜੀ। ਇਹਦਾ ਮਤਲਬ ਰੱਬ ਨਾਰਾਜ਼ ਵੀ ਹੁੰਦਾ, ਨਾਰਾਜ਼ ਹੋਏ ਰੱਬ ਨੂੰ ਫਿਰ ਖੁਸ਼ ਵੀ ਕਰਨਾ ਪਊਗਾ। ਅਤੇ ਖੁਸ਼ ਕਰਨ ਦਾ ਢੰਗ ਕੀ ਹੈ? ਉਹ ਪੁਜਾਰੀਆਂ ਕੋਲ ਹੈ ਚਾਬੀ, ਅਤੇ ਜਿੰਨੇ ਸਿੱਖਾਂ ਦੇ ਪੁਜਾਰੀ ਜਾਂ ਬਾਹਰ ਦੇ ਪੁਜਾਰੀ ਉਹ ਸਾਰੇ ਹੀ ਰੱਬ ਨੂੰ ਖੁਸ਼ ਕਰਨ ਦੀਆਂ ਚਾਬੀਆਂ ਲਈ ਬੈਠੇ ਨੇ ਕਿ ਇੰਨੇ ਪੈਸੇ ਦੇ ਦਿਓ ਅਤੇ ਮੈਂ ਰੱਬ ਨੂੰ ਮਿਲਾ ਦਿਆਂਗਾ, ਇੰਨੇ ਪੈਸੇ ਦਾਨ ਕਰ ਦਿਓ ਅਤੇ ਮੈਂ ਰੱਬ ਨੂੰ ਖੁਸ਼ ਕਰ ਲਵਾਂਗਾ। ਰੱਬ ਤਾਂ ਸਿੱਧਾ ਤੁਹਾਡੇ ਮਗਰ ਮਗਰ ਦੌੜਿਆ ਫਿਰੇਗਾ, ਤੁਹਾਡੇ ਕੰਮ ਕਰਦਾ, ਅਤੇ ਰੱਬ ਨੂੰ ਇੱਕ ਮੁੰਡੂ ਬਣਾ ਰੱਖਿਆ ਮੁੰਡੂ, ਕਿ ਤੁਹਾਡੇ ਆਖੇ ਲੱਗੇਗਾ ਰੱਬ ਤੁਸੀਂ ਇੱਕ ਵਾਰੀ ਭਗਤੀ ਕਰੋ, ਤਪੱਸਿਆ ਕਰੋ, ਰੱਬ ਦੌੜਿਆ ਆਵੇਗਾ ਤੁਹਾਡੇ ਕੰਮ ਕਰਨ। ਅਤੇ ਮੈਂ ਤਾਂ ਬੇਨਤੀ ਕਰਿਆ ਕਰਦਾ, ਸ਼ਬਦ ਥੋੜ੍ਹੇ ਜਿਹੇ ਸਖਤ ਨੇ, ਧੰਨਾ ਜੀ ਨਾਲ ਗੱਲ ਜੋੜੀ ਹੋਈ ਹੈ। ਹਾਲਾਂਕਿ ਗੁਰਬਾਣੀ ਤਾਂ ਇੱਕ ਹੈ ਪਾਥਰ ਕੀਜਿਆ ਭਾਉ, ਇੱਕ ਹੈ ਪਾਥਰ ਧਰੀਆ ਪਾਉ, ਜੇ ਉਹ ਦਿਓ ਤਾਂ ਉਹ ਵੀ ਦੇਵਾ, ਕਹਿ ਨਾਮ ਦੇਵ ਹਮ ਹਰ ਕੀ ਸੇਵਾ। ਪੱਥਰ ਤਾਂ ਸਾਰੇ ਇੱਕੋ ਜਿਹੇ ਨੇ, ਇੱਕ ਪੱਥਰ ਕਹਿ ਦਿੱਤਾ ਗਿਆ ਕਿ ਰੱਬ ਦੀ ਮੂਰਤੀ ਹੈ, ਇਹਦੀ ਪੂਜਾ ਕਰੋ, ਪਰ ਗੁਰਬਾਣੀ ਕਹਿ ਰਹੀ ਹੈ ਕਿ ਪੱਥਰ ਸਾਰੇ ਇੱਕੋ ਜਿਹੇ ਨੇ। ਕਿਆ ਤਰਕ ਦੀ ਦਲੀਲ ਦੀ ਗੱਲ ਗੁਰਬਾਣੀ ਨੇ ਕੀਤੀ ਹੈ! ਤਾਂ ਇਹਨਾਂ ਲੋਕਾਂ ਨੇ ਪ੍ਰਚਾਰ ਦਿੱਤਾ ਕਿ ਧੰਨਾ ਜੀ ਨੇ ਪੱਥਰ ਦੇ ਵਿੱਚੋਂ ਰੱਬ ਪਾ ਲਿਆ। ਮੈਂ ਇੱਕ ਮਿੰਟ ਵਾਸਤੇ ਮੰਨ ਲੈਣਾ ਕਿ ਰੱਬ ਪੱਥਰ 'ਚੋਂ ਪਾ ਲਿਆ, ਫਿਰ ਕੀ ਕੀਤਾ ਉਹਨੇ? ਧੰਨਾ ਜੀ ਦੀਆਂ ਮੱਝਾਂ ਚਾਰੀਆਂ, ਧੰਨਾ ਜੀ ਦੇ ਬਲਦ ਹੱਕੇ, ਨੱਕੇ ਮੋੜੇ, ਫਸਲ ਗੋਡੀ, ਜਾਣੀ ਕਿ ਧੰਨਾ ਜੀ ਦਾ ਨੌਕਰ ਲੱਗ ਗਿਆ ਰੱਬ ਆ ਕੇ। ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਰੱਬ ਜਿਹਨੂੰ ਅਸੀਂ ਮੰਨਦੇ ਹਾਂ, ਉਹ ਧੰਨਾ ਜੀ ਦੇ ਅੱਗੇ ਹੱਥ ਜੋੜੀ ਖੜਾ ਕਿ ਧੰਨਾ ਜੀ ਤੁਸੀਂ ਵਿਹਲੇ ਬੈਠੋ, ਕੰਮ ਮੈਂ ਆਪੇ ਕਰਾਂਗਾ। ਮੈਂ ਟਿੱਪਣੀ ਇਹ ਕਰਿਆ ਕਰਦਾ, ਫਿਰ ਰੱਬ ਜੇ ਪ੍ਰਗਟ ਹੋਈ ਗਿਆ, ਇਹ ਕਹਿਣਾ ਬਣਦਾ ਸੀ ਕਿ ਧੰਨਿਆ ਤੇਰਾ ਇੱਥੇ ਜੰਮਣ ਦੀ ਲੋੜ ਹੀ ਕੀ ਹੈ, ਤੂੰ ਜਾ ਇੱਥੋਂ, ਕੰਮ ਮੈਂ ਆਪੇ ਕਰ ਲੂੰਗਾ। ਪਰ ਕੌਣ ਆਖੇ? ਇਹ ਸੁਣਾਈ ਜਾਂਦੇ ਨੇ, ਅਸੀਂ ਨੀਵੀਆਂ ਪਾ ਕੇ ਸੁਣੀ ਜਾਂਦੇ ਹਾਂ, ਅਤੇ ਅਸੀਂ ਫਿਰ ਇਹੋ ਹੀ ਆਸ ਲਾਉਂਦੇ ਹਾਂ ਜੇ ਧੰਨਾ ਜੀ ਦੀਆਂ ਮੱਝਾਂ ਆਦਿਕ ਸਾਰੀਆਂ ਰੱਬ ਨੇ ਸਾਂਭੀਆਂ ਨੇ ਤਾਂ ਸਾਡੇ ਕੰਮ ਰੱਬ ਆਪ ਨਹੀਂ ਕਰੂਗਾ, ਕਰਨੇ ਚਾਹੀਦੇ ਨੇ। ਪਰ ਵਿਗਿਆਨ ਇਹ ਦੱਸਦਾ ਹੈ ਕਿ ਜੇ ਤੁਸੀਂ ਖੁਰਾਕ ਜਿੰਨੀ ਮਰਜ਼ੀ ਖਾਈ ਜਾਓ, ਜੇ ਕੰਮ ਨਹੀਂ ਕਰਦੇ, ਐਕਸਰਸਾਈਜ਼ ਨਹੀਂ ਕਰਦੇ, ਤੁਹਾਡੀ ਖੁਰਾਕ ਵੀ ਬੇਕਾਰ ਚਲੀ ਜਾਵੇਗੀ, ਤੁਹਾਡਾ ਸਰੀਰ ਨਕਾਰਾ ਹੋ ਜਾਵੇਗਾ। ਪਰ ਇਹ ਸਾਰੇ ਸਾਧ ਸੰਤ ਨਾ ਸਾਨੂੰ ਨਕਾਰੇ ਕਰਨ 'ਤੇ ਲੱਗੇ ਨੇ, ਅੱਖਾਂ ਮਿਟੋ, ਚੌਂਕੜਾ ਮਾਰੋ ਅਤੇ ਵਾਹਿਗੁਰੂ ਦਾ ਸਿਮਰਨ ਕਰੋ, ਕੰਮ ਤੁਹਾਡੇ ਵਾਹਿਗੁਰੂ ਆਪ ਕਰੇਗਾ, ਤੁਸੀਂ ਚੁੱਪ ਕਰਕੇ ਬਹਿ ਜਾਓ ਬਸ। ਇਹ ਜਿਹੜੇ ਦੇਸ਼ ਇੰਨੀ ਤਰੱਕੀ ਕਰ ਗਏ, ਜਿੱਥੇ ਲੱਖ ਜਾਇਜ਼ ਨਜਾਇਜ਼ ਰਾਹ ਅਪਣਾ ਕੇ ਅਸੀਂ ਜਿਹਨਾਂ ਦੇਸ਼ਾਂ 'ਚ ਪਹੁੰਚੇ ਹਾਂ, ਇਹ ਸਾਰੇ ਭਗਤੀ ਕਰਕੇ, ਤਪੱਸਿਆ ਕਰਕੇ, ਸਿਮਰਨ ਕਰਕੇ ਨਹੀਂ ਇੱਥੇ ਪਹੁੰਚੇ ਹਨ। ਇਹਨਾਂ ਨੇ ਅਕਲ ਦੀ ਅਤੇ ਤਾਕਤ ਦੀ ਵਰਤੋਂ ਕੀਤੀ ਹੈ। ਯਾਦ ਰੱਖਣਾ, ਇਕੱਲੀ ਤਾਕਤ ਕਿਸੇ ਕੰਮ ਨਹੀਂ, ਤਾਕਤ ਹਾਥੀ ਕੋਲ ਬਹੁਤ ਹੈ ਪਰ ਉਹਨੂੰ ਵਰਤਣੀ ਨਹੀਂ ਆਉਂਦੀ। ਅਕਲ ਹੋਰਨਾਂ ਜੀਵਾਂ ਕੋਲ, ਮਨੁੱਖਾਂ ਕੋਲ ਹੋ ਸਕਦੀ ਹੈ, ਪਰ ਜੇ ਅਕਲ ਦੀ ਵਰਤੋਂ ਨਹੀਂ ਕਰਦਾ, ਨਾਲ ਹਿੰਮਤ ਨਹੀਂ ਕਰਦਾ, ਤਾਕਤ ਨਹੀਂ ਲਾਉਂਦਾ, ਤੇ ਫਿਰ ਅਕਲ ਵੀ ਕੀ ਕਰਨੀ ਹੈ ਜੇ ਵਰਤੋਂ 'ਚ ਨਹੀਂ ਆ ਰਹੀ? ਅਕਲ ਅਤੇ ਤਾਕਤ ਦੇ ਸੁਮੇਲ ਦੇ ਨਾਲ ਸਾਰਾ ਕੁਝ ਪ੍ਰਾਪਤ ਹੋਣਾ, ਉਹ ਸਾਨੂੰ ਭੁਲਾ ਦਿੱਤਾ ਗਿਆ। ਇਸੇ ਕਰਕੇ ਸਿੱਖ ਪਛੜ ਗਏ। ਜਦੋਂ ਗੁਰੂ ਸਾਹਿਬਾਨ ਨੇ ਇਹ ਗੱਲ ਸਮਝਾਈ ਸੀ ਨਾ ਕਿ ਤੁਹਾਨੂੰ ਅਕਲ ਦੀ ਅਤੇ ਤਾਕਤ ਦੀ ਜਾਇਜ਼ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ, ਤਾਂ ਉਦੋਂ ਸਿੱਖ ਭਾਵੇਂ ਮੌਤ ਤਾਂ ਆ ਗਈ ਪਰ ਕਿਸੇ ਅੱਗੇ ਸਿਰ ਨਹੀਂ ਝੁਕਾਇਆ, ਈਨ ਨਹੀਂ ਮੰਨੀ, ਲਗਾਤਾਰ ਅੱਗੇ ਵੱਧਦੇ ਗਏ, ਸਦੀਆਂ ਦੀ ਗੁਲਾਮੀ ਨੂੰ ਤੋੜਨ ਦੇ ਵਿੱਚ ਕਾਮਯਾਬ ਹੋ ਗਏ। ਉਹ ਮੰਤਰ ਪੜ੍ਹ ਕੇ ਨਹੀਂ ਗੁਲਾਮੀ ਟੁੱਟੀ, ਨਾ ਸਿਮਰਨ ਕਰਕੇ ਟੁੱਟੀ ਹੈ, ਗੁਰੂ ਦਾ ਉਪਦੇਸ਼ ਲੈ ਕੇ, ਗੁਰੂ ਦੀ ਸਿੱਖਿਆ ਲੈ ਕੇ ਉਹ ਗੁਲਾਮੀ ਤੋੜੀ ਹੈ, ਅਤੇ ਇੱਕ ਵਾਰੀ ਬਾਦਸ਼ਾਹ ਤੱਕ ਵੀ ਸਿੱਖ ਬਣ ਚੁੱਕੇ ਸਨ ਜਦੋਂ ਉਹਨਾਂ ਨੇ ਅਕਲ ਅਤੇ ਹਿੰਮਤ ਦੀ ਵਰਤੋਂ ਕੀਤੀ, ਗੁਰੂ ਦਾ ਉਪਦੇਸ਼ ਲੈ ਕੇ ਅੱਗੇ ਵਧਣ ਵਾਸਤੇ ਤਹੀਆ ਮਨ 'ਚ ਧਾਰ ਲਿਆ। ਹੁਣ ਗੁਰੂ ਸਾਹਿਬ ਤਾਂ ਇਹ ਕਹਿ ਰਹੇ ਨੇ, ਤੇਰੇ ਸੱਟ ਸੰਬਤ ਸਭ ਤੀਰਥਾ, ਤੇਰਾ ਸੱਚ ਨਾਮ ਪਰਮੇਸ਼ਰ ਆ, ਤੇਰੀ ਗਤ ਅਵਗਤ ਨਹੀਂ ਜਾਣੀ ਹੈ, ਅਣਜਾਣਤ ਨਾਮ ਵਿਖਾਣੀ ਹੈ। ਅਸੀਂ ਤੇਰੇ ਬਾਰੇ ਕੁਛ ਨਹੀਂ ਜਾਣਦੇ ਜਿਹੜੇ ਬੋਲਣ ਵਾਲੇ ਹਾਂ, ਲਿਖਣ ਵਾਲੇ ਹਾਂ, ਕਿਉਂਕਿ ਅਸੀਂ ਲਿਖਣ ਵਾਲੇ ਵੀ ਬਹੁਤ ਕੁਝ ਰੱਬ ਬਾਰੇ ਲਿਖੀ ਜਾ ਰਹੇ ਹਾਂ, ਬੋਲਣ ਵਾਲੇ ਬੋਲੀ ਜਾ ਰਹੇ ਨੇ,
ਪਰ ਤੇਰੇ ਬਾਰੇ ਜਾਣਦੇ ਕੁਝ ਨਹੀਂ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਤੇਰੀ ਗਤ ਅਵਗਤ ਨਹੀਂ ਜਾਣੀ ਹੈ, ਅਣਜਾਣਤ ਨਾਮ ਵਖਾਣੀ ਹੈ। ਅਣਜਾਣਪੁਣੇ ਜੀ ਬੋਲੀ ਜਾ ਰਿਹਾ ਕਿ ਰੱਬ ਇਹੋ ਜਿਹਾ ਹੁੰਦਾ, ਰੱਬ ਇਹੋ ਜਿਹਾ ਹੁੰਦਾ। ਅਸੀਂ ਤਾਂ ਇੰਨਾ ਕੀ ਸਮਝ ਲਈਏ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਰੀ ਰੱਖਿਆ। ਰੋਜ਼ਾਨਾ ਆਸਾ ਕੀ ਵਾਰ ਦੇ ਵਿੱਚ ਇਹ ਸ਼ਬਦ ਆਪਾਂ ਪੰਕਤੀਆਂ ਸੁਣਦੇ ਹਾਂ, ਬਲਿਹਾਰ ਜਾਵਾਂ ਕੁਰਬਾਨ ਜਾਵਾਂ, ਹੇ ਅਕਾਲ ਪੁਰਖ ਤੂੰ ਕਿੱਡੀ ਵੱਡੀ ਕਾਇਨਾਤ ਬਣਾ ਦਿੱਤੀ ਤੇ ਕਿੰਨੀ ਤਰ੍ਹਾਂ ਤਰ੍ਹਾਂ ਦੀ ਸ੍ਰਿਸ਼ਟੀ ਸਿਰਜ ਦਿੱਤੀ, ਜੀਵ ਜੰਤ ਪਸ਼ੂ ਪੰਛੀ ਮਨੁੱਖ ਆਦਿਕ ਬਨਸਪਤੀ ਵਗੈਰਾ ਚੰਦ ਸੂਰਜ ਹਵਾ ਅੱਗ ਪਾਣੀ ਇਹ ਸਾਰਾ ਬਣਾ ਦਿੱਤਾ। ਕਦੀ ਸੋਚ ਕੇ ਦੇਖੋ ਇਹਨੂੰ ਬਣਾਉਣ ਵਾਲਾ ਕਿਹੋ ਜਿਹਾ ਹੋਵੇਗਾ, ਅਸੀਂ ਬਿਆਨ ਕਰ ਸਕਦੇ ਹਾਂ? ਸੂਰਜ ਏਡਾ ਵੱਡਾ ਹੈ, ਏਡਾ ਵੱਡਾ, ਅੱਜ ਤੱਕ ਉਹਦੀ ਵਡੱਪਣ ਦਾ ਵੀ ਪੂਰੀ ਤਰ੍ਹਾਂ ਪਤਾ ਨਹੀਂ ਲੱਗਿਆ, ਪਰ ਜਿਹੜਾ ਉਹਨੂੰ ਬਣਾਉਣ ਵਾਲਾ ਉਹਦੇ ਬਾਰੇ ਬਿਆਨ ਕੌਣ ਕਰ ਸਕਦਾ? ਧਰਤੀ ਦੇ ਵਿੱਚ ਪਏ ਖਜ਼ਾਨੇ ਪਦਾਰਥ ਆਦਿਕ ਇਹਦਾ ਅੱਜ ਤੱਕ ਪਤਾ ਨਹੀਂ, ਧਰਤੀ ਕਿਉਂ ਖੜੀ ਹੈ ਬਿਨਾਂ ਡਰਾਈਵਰ ਤੋਂ, ਬਿਨਾਂ ਪੈਟਰੋਲ ਤੋਂ, ਬਿਨਾਂ ਇੰਜਣ ਤੋਂ ਆਪੀ ਕਿਉਂ ਦੌੜੀ ਫਿਰਦੀ ਹੈ? ਤੇ ਅਸੀਂ ਜਿਹਨੇ ਇਹ ਨਿਯਮ ਬਣਾਇਆ ਉਹਦੇ ਬਾਰੇ ਕਿਵੇਂ ਬਿਆਨ ਕਰ ਸਕਦੇ ਹਾਂ? ਸੱਚ ਜਾਣਿਓ ਅੱਜ ਤੱਕ ਵੀ ਸਾਡੇ ਤਾਂ ਬਹੁਤੇ ਭੈਣ ਭਰਾ ਕਹਿਣਗੇ ਐਵੇਂ ਝੂਠ ਬੋਲੀ ਜਾਂਦੇ ਨੇ, ਧਰਤੀ ਕਿੱਧਰ ਭੱਜੀ ਜਾਂਦੀ ਆ, ਆਹ ਤਾਂ ਪਈ ਹੈ ਇੱਥੇ, ਹਾਲਾਂਕਿ ਚੱਲ ਰਹੀ ਹੈ ਇਹ, ਪਰ ਫਿਰ ਵੀ ਕਹਿੰਦੇ ਨੇ ਇਹ। ਮੈਂ ਇੱਕ ਥਾਂ 'ਤੇ ਚੰਦ 'ਤੇ ਜਾਣ ਦੀ ਗੱਲ ਆਪਣੇ ਦੋਸਤਾਂ ਮਿੱਤਰਾਂ 'ਚ ਕਰ ਦਿੱਤੀ ਕਿ ਚੰਦ 'ਤੇ ਅਮਰੀਕਾ ਵਾਲੇ ਗਏ ਨੇ, ਰੂਸ ਵਾਲੇ ਗਏ ਨੇ, ਮਿੱਟੀ ਲਿਆਏ ਨੇ। ਕਹਿੰਦਾ ਕਿਉਂ ਝੂਠ ਬੋਲੀ ਜਾਂਦਾ, ਦਿਖਾ ਤੇਰੇ ਕੋਲ ਮਿੱਟੀ ਕਿੱਥੇ ਆਈ ਹੈ? ਮੈਂ ਕਿਹਾ ਮੇਰੇ ਕੋਲ ਨਹੀਂ ਆਈ, ਉਹ ਅਮਰੀਕਾ ਵਗੈਰਾ 'ਚ ਹੀ ਆ, ਮੈਂ ਤਾਂ ਨਵਾਣਾ ਜਿਹਾ ਬੰਦਾ, ਮੈਨੂੰ ਮਿੱਟੀ ਦੇਣ ਆਉਣਗੇ ਉਹ? ਪਰ ਲੜਾਈ ਕਰਨੀ ਹੈ, ਕਹਿਣ ਲੱਗਿਆ ਤੂੰ ਇਹ ਗੱਲਾਂ ਇਹੋ ਜਿਹੀਆਂ ਕਿਉਂ ਕਰਦਾ ਹੈ? ਭਾਵ ਕਿ ਸਾਡੇ ਆਪਣੀ ਛੋਟੀ ਬੁੱਧੀ ਨੂੰ ਛੁਪਾਉਣ ਵਾਸਤੇ ਅਸੀਂ ਕਹਿੰਦੇ ਵੀ ਤੂੰ ਇਹ ਗੱਲਾਂ ਬੋਲਣਾ, ਕਿਉਂਕਿ ਅਸੀਂ ਠੀਕ ਹਾਂ, ਤੂੰ ਗਲਤ ਹੈ ਜਿਹੜਾ ਇਹੋ ਜਿਹੀਆਂ ਗੱਲਾਂ ਦੱਸਦਾ ਹੈ। ਖੈਰ, ਅਣਜਾਣਤ ਨਾਮ ਵਿਖਾਣੀ ਹੈ, ਅਸੀਂ ਸਾਰੇ ਹੀ ਪਰਮਾਤਮਾ ਬਾਰੇ ਤਾਂ ਨਹੀਂ ਜਾਣਦੇ, ਪਰ ਬੋਲਦੇ ਸਾਰੇ ਹਾਂ ਕਿ ਰੱਬ ਇਹੋ ਜਿਹਾ ਹੁੰਦਾ, ਰੱਬ ਇਹੋ ਜਿਹਾ ਹੁੰਦਾ। ਫਿਰ ਰੁੱਸੇ ਹੋਏ ਰੱਬ ਨੂੰ ਮਨਾਉਣ ਵਾਸਤੇ ਚੱਲ ਸੋ ਚੱਲ ਦਾਨ ਪੁੰਨ ਮੰਤਰ ਧਾਗੇ ਤਵੀਤ ਜਾਦੂ ਬਹੁਤ ਕੁਝ ਚੱਲਦਾ ਫਿਰ ਰੱਬ ਰੁੱਸਿਆ ਹੋਇਆ। ਤੇ ਵੈਸੇ ਭਾਰਤ ਦੇ ਵਿੱਚ ਰੱਬਾਂ ਦਾ ਵੀ ਘਾਟਾ ਕੋਈ ਨਹੀਂ, ਬਹੁਤ ਰੱਬ ਨੇ ਥੋਕ ਦੇ ਵਿੱਚ ਮਿਲਦੇ ਨੇ ਰੱਬ। ਆਪਾਂ ਰਾਹ ਰਾਹ ਤੁਰੇ ਜਾਈਏ ਨਾ, ਡੰਡੀ ਡੰਡੀ ਤੁਰੇ ਜਾਈਏ, ਡੰਡੀ ਦੇ ਆਲੇ ਦੁਆਲੇ ਕਿੰਨੇ ਸਾਰੇ ਰੱਬ ਤੁਹਾਨੂੰ ਮਿਲ ਜਾਂਦੇ ਨੇ। ਵਿਚਾਰਿਆਂ ਤੇ ਸਾਲ ਭਰ ਕੋਈ ਮੱਥਾ ਟੇਕਣ ਨਹੀਂ ਆਉਂਦਾ, ਸਾਲ ਚੋਂ ਇੱਕ ਵਾਰੀ ਮੱਥਾ ਟੇਕਣ ਆਉਂਦੇ ਨੇ ਰੱਬ ਜੀ ਨੂੰ ਕਿ ਰੱਬ ਜੀ ਹੁਣ ਖੁਸ਼ ਰਹੇ ਹੋ, ਇੱਕ ਸਾਲ 364 ਦਿਨ ਤੁਸੀਂ ਬਿਲਕੁਲ ਠੀਕ ਠਾਕ ਰਹੇ ਹੋ, ਸਾਨੂੰ ਕੁਝ ਨਾ ਆਖਿਓ, ਇੱਕ ਦਿਨ ਤੁਹਾਡੀ ਅਸੀਂ ਪੂਜਾ ਕਰ ਲਈ ਹੈ। ਧੰਨ ਨੇ ਉਹ ਲੋਕ ਜਿਹੜੇ ਇਹੋ ਜਿਹੀਆਂ ਥਾਵਾਂ ਤੇ ਪੂਜਾ ਕਰਕੇ ਤੇ ਮਨੋ ਕਾਮਨਾਵਾਂ ਪੂਰੀਆਂ ਹੋਣ ਦਾ ਮਨ ਦੇ ਵਿੱਚ ਭਰਮ ਪਾਲ ਕੇ ਬਹਿ ਜਾਂਦੇ ਨੇ ਕਿ ਹੁਣ ਮੈਨੂੰ ਸਾਰਾ ਕੁਝ ਮਿਲ ਜਾਣਾ, ਕਿਉਂਕਿ ਇਹ ਰੱਬ ਜੀ ਨੂੰ ਮੈਂ ਖੁਸ਼ ਕਰ ਦਿੱਤਾ। ਜਿਹੜਾ ਆਪ ਵੱਟ ਤੇ ਲੰਮਾ ਪਿਆ ਉਹ ਤੁਹਾਨੂੰ ਕੀ ਦੇਊਗਾ? ਉੱਤੇ ਕੁੱਤੇ ਆਪਣਾ ਉਹਦੇ ਗੰਗਾ ਜਲ ਛਿੜਕੀ ਜਾ ਰਹੇ ਨੇ, ਤੇ ਹੋਰ ਸਾਰਾ ਕੁਝ ਜਿਹੜਾ ਆਪਾਂ ਦੇਖਦੇ ਹਾਂ, ਮਿੱਟੀ ਘੱਟਾ ਧੂੜ ਆਦਿਕ ਕਿਤੇ ਜਠੇਰੇ ਕਿਤੇ ਬਟੇਰੇ ਖੇਤਾਂ 'ਚ ਬਥੇਰੇ ਪਏ ਨੇ, ਤੇ ਉਹਨਾਂ ਦੀ ਪੂਜਾ ਕਰੀ ਜਾ ਰਹੇ ਹਾਂ। ਸਾਲ ਪਿੱਛੋਂ ਜਾ ਕੇ ਮਨ ਤਾਂ ਮੰਨ ਲੈਂਦੇ ਹਾਂ ਤੇ ਨਾ ਪਤਾ ਹੈ ਕਿ ਉਹ ਜਠੇਰੇ ਹੁੰਦੇ ਕੀ ਨੇ, ਜੇ ਉਹਦਾ ਮੈਂ ਬਿਆਨ ਕਰਦਾ ਨਾ ਤੇ ਕਈਆਂ ਨੂੰ ਸੂਲ ਹੋਣ ਲੱਗ ਪੈਣਾ ਕਿ ਜਠੇਰਿਆਂ ਦਾ ਇਹੋ ਜਿਹੀ ਵਿਆਖਿਆ ਕਿਉਂ ਕੀਤੀ ਹੈ, ਕਿਉਂ ਕਹੀ ਏਦਾਂ ਦੀ ਹੈ? ਆਪਾਂ ਉਸ ਪਾਸੇ ਨਾ ਜਾਈਏ। ਰੱਬ ਦਾ ਸੰਕਲਪ, ਗੁਰਬਾਣੀ ਨੇ ਜਦੋਂ, ਗੁਰੂ ਨਾਨਕ ਨੇ ਏਡੇ ਵੱਡੇ ਮਹਾਂਪੁਰਖ ਨੇ ਜਿਹੜੇ ਕਿ ਵਿਗਿਆਨ ਦੀਆਂ ਬੁਲੰਦੀਆਂ ਤੇ ਵੀ ਸਨ, ਭਾਵ ਕਿ ਇੰਨਾ ਸਮਾਂ ਪਹਿਲਾਂ ਇਹੋ ਜਿਹੀਆਂ ਊਚ ਪਾਏ ਦੀਆਂ ਗੱਲਾਂ ਜਿਹਨਾਂ ਨੇ ਕਹਿ ਦਿੱਤੀਆਂ, ਉਹ ਕਹਿੰਦੇ ਨੇ ਕਿ ਮੈਂ ਰੱਬ ਬਾਰੇ ਨਹੀਂ ਜਾਣਦਾ, ਮੈਂ ਤਾਂ ਘੱਟ ਤੋਂ ਘੱਟ ਹੀ ਜਾਣਦਾ, ਜਿੰਨਾ ਕੁ ਮੈਨੂੰ ਪਤਾ ਲੱਗਿਆ ਮੈਂ ਓਨਾ ਕੁ ਦੱਸ ਦਿੱਤਾ, ਹੋਰ ਬਹੁਤ ਕੁਝ ਹੈ ਜਿਹੜਾ ਬਿਆਨ ਤੋਂ ਬਾਹਰ ਹੈ। ਅਸੀਂ ਗੁਰੂ ਨਾਨਕ ਸਾਹਿਬ ਨਾਲੋਂ ਵੀ ਵੱਡੇ ਬਣਨ ਦਾ ਯਤਨ ਕਰਦੇ ਹਾਂ ਵੀ ਲੈ ਬਾਬਾ ਤੈਨੂੰ ਤਾਂ ਪਤਾ ਨਹੀਂ ਸੀ, ਸਾਨੂੰ ਪਤਾ। ਹੁਣ ਗੁਰਬਾਣੀ ਤਾਂ ਇੱਥੋਂ ਤਾਂ ਕਹਿ ਰਹੀ ਹੈ, ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੌਬਾਰਾ, ਕੀ ਬਿਆਨ ਕਰੋਗੇ? ਇਹ ਧਰਤੀ ਇੱਕ ਮਾਨੋ ਰੱਬ ਦੀ ਬਣਾਈ, ਉਹਦੇ ਘਰ ਦੀ ਇੱਕ ਕੰਧ ਹੈ ਜਾਂ ਇੱਕ ਫਰਸ਼ ਹੈ। ਪੁੜ ਧਰਤੀ ਪੁੜ ਪਾਣੀ ਆਸਣ, ਇੱਕ ਪਾਸੇ ਪਾਣੀ ਹੈ ਉਹਦਾ ਇਸ਼ਨਾਨ ਕਰਨ ਨੂੰ ਸਰੋਵਰ ਬਣਾਇਆ ਵੀ ਚੁੱਭੀਆਂ ਲਾਇਆ ਕਰਾਂਗੇ ਰੱਬ ਦਾ, ਤੇ ਫਿਰ ਚਾਰ ਕੁੰਡ ਚਵਾਰਾ ਇਹ ਸਾਰਾ ਆਲੇ ਦੁਆਲੇ ਇੱਕ ਹਵਾ ਦੀਆਂ ਕੰਧਾਂ ਉਹਨੇ ਕੱਢੀਆਂ ਹੋਈਆਂ ਨੇ ਜਿਹੜਾ ਉਹਦਾ ਚਵਾਰ ਹੈ, ਭਾਵ ਕਿ ਉਹਦਾ ਘਰ ਹੈ ਜਿਹੜਾ ਰਹਿਣ ਦਾ। ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰਾ ਟਕਸਾਲਾ, ਤੂੰ ਸਾਰੀ ਸ੍ਰਿਸ਼ਟਾ ਦਾ ਸ੍ਰਿਸ਼ਟੀ ਦਾ ਰਚਣਹਾਲਾ ਕੇਵਲ ਇੱਕ ਹੈ, ਤੇਰੇ ਬਣਾਏ ਨਿਯਮ ਦੇ ਵਿੱਚ ਸਾਰੇ ਜੀਵ ਜੰਤੂ ਅਜਿਹੇ ਕਮਾਲ ਦੀ ਵਿਧੀ ਕਾਰਖਾਨੇ ਦੇ ਵਿੱਚੋਂ ਪੈਦਾ ਹੋ ਰਹੇ ਨੇ। ਜਵਾਬ ਕੋਈ ਨਹੀਂ, ਫੈਕਟਰੀ ਦੇ ਵਿੱਚ ਤਾਂ ਗਲਤੀਆਂ ਹੋ ਸਕਦੀਆਂ ਨੇ, ਪਰ ਤੇਰੀ ਫੈਕਟਰੀ ਕਮਾਲ ਹੈ, ਕਰੋੜਾਂ ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ, ਇਹ ਕਦੀ ਬੰਦ ਹੀ ਨਹੀਂ ਹੁੰਦੀ, ਲਗਾਤਾਰ ਚੱਲੀ ਜਾ ਰਹੀ ਹੈ, ਇਹਦੇ ਪਿਛੋਕੜ 'ਚ ਕੀ ਤਾਕਤ ਹੈ? ਇਹ ਬਿਆਨ ਤੋਂ ਬਾਹਰ ਹੀ ਹੈ, ਕੋਈ ਬੰਦਾ ਬਿਆਨ ਨਹੀਂ ਕਰ ਸਕਦਾ। ਹੁਣ ਸਾਨੂੰ ਬੱਚਾ ਕਿਵੇਂ ਬਣਦਾ? ਨਰ ਮਾਦਾ ਦੇ ਮੇਲ ਤੋਂ, ਇੱਕ ਬਹੁਤ ਛੋਟੇ ਤੋਂ ਛੋਟਾ ਜੀਨਸ
ਜਿਹੜਾ ਨੰਗੀ ਅੱਖ ਨਾਲ ਨਜ਼ਰ ਵੀ ਨਹੀਂ ਆਉਂਦਾ ਉਹ ਮਾਂ ਦੇ ਗਰਭ ਵਿੱਚ ਜਾ ਕੇ ਕਿਵੇਂ ਵਿਕਸਿਤ ਹੁੰਦਾ ਹੈ, ਕਿਵੇਂ ਆ ਸੋਹਣਾ ਰੂਪ ਧਾਰਨ ਕਰ ਜਾਂਦਾ, ਕਿਵੇਂ ਉਹ ਫਿਰ ਆਕਾਸ਼ ਨੂੰ ਟਾਕੀਆਂ ਲਾਉਣ ਵਾਲੀਆਂ ਅਕਲਬੰਦੀ ਦੀਆਂ ਗੱਲਾਂ ਕਰਨ ਲੱਗ ਪੈਂਦਾ, ਇਹ ਸਾਡੇ ਸਾਰਿਆਂ ਦੇ ਬਿਆਨ ਤੋਂ ਬਾਹਰ ਹੈ ਕਿ ਇਉਂ ਕਿਵੇਂ ਹੋ ਗਿਆ। ਵਿਗਿਆਨੀ ਕੁਝ ਜਾਣਦੇ ਹੋਣਗੇ ਜ਼ਰੂਰ, ਬਹੁਤ ਕੁਝ ਜਾਣਦੇ ਨੇ ਕਿਉਂਕਿ ਅਕਲਬੰਦ ਨੇ, ਪਰ ਘੱਟੋ ਘੱਟ ਸਾਡਾ ਸਾਧ ਲਾਣਾ ਤਾਂ ਬਿਲਕੁਲ ਨਹੀਂ ਜਾਣਦਾ, ਕਿਉਂਕਿ ਉਹਨਾਂ ਕੋਲ ਅਕਲ ਨਾਮ ਦੀ ਕੀ ਹੈ ਨਹੀਂ। ਉਹ ਆਪਣੇ ਕੋਲ ਅਕਲ ਨਾਮ ਦੀ ਚੀਜ਼ ਨਾ ਹੋਣ ਕਰਕੇ ਉਹ ਕਹਿੰਦੇ ਅੱਖਾਂ ਮਿੱਟੋ ਤੇ ਚੌਂਕੜਾ ਮਾਰੋ ਤੇ ਵਾਹਿਗੁਰੂ ਵਾਹਿਗੁਰੂ ਕਰੋ। ਪਹਿਲੀ ਗੱਲ ਤਾਂ ਮੈਂ ਬੇਨਤੀ ਕਰ ਲਵਾਂ, ਗੁਰਬਾਣੀ ਨਾਲੋਂ ਤੋੜਨ ਵਾਲੀ ਕੋਈ ਵੀ ਚੀਜ਼ ਹੈ ਨਾ ਜਿਹੜੀ, ਉਹ ਤੋਂ ਤੁਸੀਂ ਬਚੋ। ਗੁਰਬਾਣੀ ਨਾਲੋਂ ਤੋੜ ਕੇ ਵਾਹਿਗੁਰੂ ਮੰਤਰ ਨਾਲ ਜੋੜਿਆ ਜਾ ਰਿਹਾ, ਸਾਡਾ ਗੁਰੂ ਗੁਰਬਾਣੀ ਹੈ, ਭਾਈ ਗੁਰਦਾਸ ਸਾਡਾ ਗੁਰੂ ਨਹੀਂ ਹੈ। ਇਹ ਵਾਹਿਗੁਰੂ ਮੰਤਰ ਜਿਹੜਾ ਆਇਆ ਨਾ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਇਹ ਭਾਈ ਗੁਰਦਾਸ ਦਾ ਲਿਖਿਆ ਹੋਇਆ, ਤੇ ਭਾਈ ਗੁਰਦਾਸ ਸਾਡੇ ਵਰਗਾ ਇੱਕ ਸਿੱਖ ਹੈ, ਵਿਦਵਾਨ ਹੈ, ਪਰ ਉਹ ਸਾਡਾ ਗੁਰੂ ਨਹੀਂ ਹੈ। ਜੋ ਵੀ ਗੁਰਬਾਣੀ ਦੇ ਵਿੱਚੋਂ ਹੁਕਮ ਹੈ ਗੁਰੂ ਦਾ ਦਰਜਾ ਉਹ ਰੱਖਦਾ, ਭਾਈ ਗੁਰਦਾਸ ਗੁਰੂ ਦਾ ਦਰਜਾ ਨਹੀਂ ਰੱਖਦਾ। ਪਰ ਚੱਲ ਗਿਆ ਸਾਰਾ ਕੁਛ, ਅਸੀਂ ਮੰਨੀ ਜਾ ਰਹੇ ਕਿਉਂਕਿ ਆਪ ਨੂੰ ਨਹੀਂ ਪਤਾ। ਤੇ ਭਾਈ ਗੁਰਦਾਸ ਤਾਂ ਫਿਰ ਇਹ ਵੀ ਕਹਿੰਦੇ ਨੇ ਸਤਨਾਮ ਪੜ੍ਹ ਮੰਤਰ ਸੁਣਾਇਆ, ਤੇ ਸਤਨਾਮ ਵੀ ਮੰਤਰ ਹੈ, ਤੇ ਗੁਰਬਾਣੀ ਨੂੰ ਵੀ ਪੜ੍ਹਨ ਨੂੰ ਕਹਿੰਦੇ ਨੇ ਕਿ ਗੁਰਬਾਣੀ ਵਾਰ ਵਾਰ ਪੜ੍ਹਨੀ ਹੈ। ਤੇ ਨਾਲ ਭਾਈ ਗੁਰਦਾਸ ਦਾ ਇਹ ਵੀ ਕਹੀ ਜਾਂਦੇ ਨੇ, ਗਾਏ ਸੋਹਣੇ ਅੰਖਾਂ ਮੀਚਿਆ ਪਾਈ ਹੈ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈ ਹੈ। ਆਹ ਗਾਉਣ ਦੇ ਨਾਲ ਮੇਰੇ ਵਰਗੇ ਢੋਲਕੀਆਂ ਵਾਜੇ ਛੈਣੇ ਲੈ ਕੇ ਬਹਿ ਜਾਂਦੇ ਨੇ, ਗੁਰਬਾਣੀ ਦੀਆਂ ਚੀਕਾਂ ਕਢਾ ਦਿੰਦੇ ਨੇ, ਰਾਟ ਪਾਉਂਦੇ ਨੇ ਉੱਚਾ ਉੱਚਾ ਬਹੁਤ ਜ਼ਿਆਦੇ, ਤੇ ਖੂਬ ਆਪਣੇ ਵੱਲੋਂ ਕਹਿੰਦੇ ਨੇ ਅਸੀਂ ਕੀਰਤਨ ਕਰ ਰਹੇ ਹਾਂ। ਪਰ ਮੈਂ ਖੁਦ ਤਜਰਬਾ ਕਰ ਕਰ ਵੇਖਿਆ ਕੀਰਤਨੀ ਜਥੇ ਦੇ ਮੁਖੀ ਨੂੰ, ਮੈਂ ਬਾਅਦ ਦੇ ਵਿੱਚ ਪੁੱਛਿਆ ਕਿ ਜਿਹੜਾ ਸ਼ਬਦ ਗਾ ਕੇ ਆਇਆ ਇਹਦਾ ਅਰਥ ਦੱਸ ਸਕਦਾ, ਨਹੀਂ ਜੀ ਅਰਥ ਤਾਂ ਕਦੇ ਪੜਿਆ ਨਹੀਂ ਹੈ ਜੀ, ਇਹ ਤਾਂ ਅਰਥ ਤਾਂ ਨਹੀਂ ਪਤਾ, ਸਾਰੀ ਉਮਰ ਲੰਘ ਹੀ ਗਾਉਂਦੇ ਨੇ ਪਰ ਅਰਥ ਨਹੀਂ ਪਤਾ, ਕੇਵਲ ਰੱਟਾ ਲੱਗਿਆ ਹੋਇਆ। ਮੈਂ ਮਾਫੀ ਚਾਹੁੰਦਾ, ਕੀਰਤਨ ਨੂੰ ਮੈਂ ਇਹ ਸਿੱਧਾ ਇਉਂ ਨਹੀਂ ਮਾੜਾ ਕਹਿੰਦਾ, ਪਰ ਗੱਲ ਸਮਝਣ ਦੀ ਹੈ ਕਿ ਗੁਰਬਾਣੀ ਸਮਝ ਕਿੰਨੀ ਆਉਂਦੀ ਹੈ। ਕਹਿੰਦੇ ਨੇ ਜਿਹੜਾ ਘੱਟ ਅਕਲ ਵਾਲਾ ਬੰਦਾ ਨਾ, ਜਿਵੇਂ ਬੱਚੇ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਸਾਰੀ ਉਮਰ ਰੱਟਾ ਲਾਉਣ ਵਾਲੇ ਬੱਚੇ ਨੂੰ ਆਪਾਂ ਇਹ ਕਹਿੰਦੇ ਹਾਂ, ਇਹਦੀ ਅਕਲ ਪੂਰੀ ਵਿਕਸਿਤ ਨਹੀਂ ਹੋਈ, ਪੂਰਾ ਦਿਮਾਗ ਕੰਮ ਨਹੀਂ ਕਰਦਾ। ਜਿਹੜੇ ਰੱਟਾ ਲਾ ਕੇ ਜ਼ਿੰਦਗੀ ਬਤੀਤ ਕਰਦੇ ਨੇ ਨਾ, ਗੁਰਬਾਣੀ ਦੇ ਕੁਝ ਸ਼ਬਦ ਜਾਂ ਤਾਂ ਰੱਟਾ ਲਾ ਲਏ, ਜਾਂ ਅੱਗੇ ਪਰਚੀਆਂ ਕਾਪੀ ਦੇ ਉੱਤੇ ਲਿਖ ਕੇ ਪਰਚੀਆਂ ਰੱਖ ਲਈਆਂ, ਸ਼ਬਦ ਲਿਖ ਲਏ, ਤੇ ਵਾਜੀਏ ਦੀਆਂ ਸੁਰਾਂ ਦਾ ਰੱਟਾ ਲਾ ਗਿਆ ਕਿ ਇਹ ਸੱਤ ਸੁਰਾਂ ਲੱਗਦੀਆਂ ਨੇ ਤੇ ਫਲਾਣੇ ਰਾਗ 'ਚ ਪੰਜ ਲੱਗਦੀਆਂ ਨੇ, ਛੇ ਲੱਗਦੀਆਂ ਨੇ, ਉਹ ਰੱਟਾ ਲਾ ਲਿਆ ਤੇ ਸ਼ਬਦ ਗਾਉਣਾ ਸ਼ੁਰੂ ਕਰਦਾ, ਸਾਰੀ ਉਮਰ ਲੰਘਾ ਦਿੱਤੀ। ਰੱਟਾ ਸਿਸਟਮ ਹੈ, ਗਿਆਨ ਘੱਟ ਤੋਂ ਘੱਟ ਹੈ, ਅਕਲ ਘੱਟ ਤੋਂ ਘੱਟ ਹੈ। ਤੇ ਜਿਹੜਾ ਮੁਖੀ ਹੁੰਦਾ ਕੀਰਤਨ ਵਾਲਿਆਂ ਦਾ, ਉਹ ਥੋੜ੍ਹਾ ਜਿਹਾ ਵੱਧ ਅਕਲ ਵਾਲਾ, ਤੇ ਜਿਹੜਾ ਸੈਕਿੰਡ ਬੈਠਾ ਉਹਦੇ ਨਾਲ ਉਹ ਉਦੋਂ ਘੱਟ ਅਕਲ ਵਾਲਾ ਹੁੰਦਾ। ਕਿ ਉਹਨੇ ਤਾਂ, ਮੈਂ ਹਾਲਾਂਕਿ ਕੀਰਤਨ ਨਹੀਂ ਜਾਣਦਾ, ਪਰ ਪ੍ਰੋਫੈਸਰ ਮਨਜੀਤ ਸਿੰਘ ਜਥੇਦਾਰ ਪੈਸੇ ਦੇਣ ਤੋਂ ਕੰਜੂਸੀ ਕਰਦਾ ਹੋਇਆ ਆਪਣੇ ਨਾਲ ਦੂਜਾ ਕੀਰਤਨੀਆਂ ਨਹੀਂ ਸੀ ਰੱਖਦਾ, ਜਦੋਂ ਲੋੜ ਪੈਂਦੀ ਮੈਂ ਕੀਰਤਨ ਨਹੀਂ ਜਾਣਦਾ, ਮੈਨੂੰ ਕਹਿੰਦਾ ਤੂੰ ਬਹਿ ਜਾ ਸੈਕਿੰਡ ਮੇਰੇ ਨਾਲ, ਮੈਂ ਨਾਲ ਬਹਿ ਜਾਂਦਾ, ਤੇ ਮੈਂ ਨਾ ਪੱਖਾ ਨਹੀਂ ਹਿਲਾਉਣਾ, ਐਵੇਂ ਇੱਕ ਤਾਂ ਉਂਗਲਾਂ ਘੁਮਾਈ ਜਾਣੀ ਨੇ, ਇੱਕ ਮੂੰਹ ਟੱਡੀ ਰੱਖਣਾ, ਵੀ ਲੋਕਾਂ ਨੂੰ ਐਂ ਲੱਗੇ ਵੀ ਇਹ ਵੀ ਗਾਉਂਦਾ, ਤੇ ਐਂ ਮੇਰਾ ਕੀਰਤਨ ਦਾ ਡੰਗ ਲੱਗੀ ਜਾਂਦਾ ਸੀ ਉਹਦੇ ਨਾਲ ਬੈਠੇ ਦਾ। ਅਖਬਾਰਾਂ 'ਚ ਫੋਟੋਆਂ ਛੱਪੀਆਂ ਹੋਈਆਂ ਨੇ ਵੀ ਕਈਆਂ ਨੇ ਪੁੱਛਣਾ ਤੂੰ ਕੀਰਤਨ ਜਾਣਦਾ, ਮੈਂ ਕਿਹਾ ਨਹੀਂ ਜਾਣਦਾ ਭਾਈ, ਇਹਨੇ ਬਿਠਾ ਲਿਆ ਨਾਲ, ਮੈਂ ਕੀ ਕਰਾਂ। ਤਾਂ ਸੈਕਿੰਡ ਬੰਦਾ ਜਿਹੜਾ ਉਹ ਉਦੋਂ ਘੱਟ ਵਾਲਾ ਹੁੰਦਾ ਹੈ, ਤੇ ਜਿਹੜਾ ਜੋੜੀ ਵਾਲਾ ਵਿਚਾਰਾ ਉਦੋਂ ਵੀ ਘੱਟ ਹੁੰਦਾ, ਸਾਰੀ ਉਮਰ ਬਸ ਡੈਂਗੜ ਦੈਂਗੜੀ ਚੱਲਦੀ ਹੈ ਉਹਦੀ। ਗੁਰੂ ਪਿਆਰ ਵਾਲਿਓ, ਆਪਾਂ ਫਿਰ ਅਗਲੀ ਗੱਲ ਆਉਂਦੀ ਹੈ, ਥੋੜ੍ਹਾ ਜਿਹਾ ਮਾਨਸਿਕ ਵਿਕਾਸ ਕਥਾਵਾਚਕ ਦਾ ਹੋਣ ਦੇ ਚਾਂਸ ਨੇ, ਪਰ ਉਹ ਵੀ ਫਿਰ ਕੁਝ ਸਾਖੀਆਂ ਸੁਣ ਕੇ ਉੱਥੇ ਸਾਰੀ ਉਮਰ ਲੰਘਾ ਦਿੰਦਾ, ਵਿਕਾਸ ਨਹੀਂ ਕਰਦਾ। ਮੈਂ ਤਾਂ ਆਪਣੇ ਆਪ 'ਤੇ ਵੀ ਗੱਲਾਂ ਢੁਕਾਈਆਂ ਨੇ, ਮੈਂ ਵੀ ਹੌਲੀ ਹੌਲੀ ਪੌੜੀ ਦਰ ਪੌੜੀ ਇੰਚ ਇੰਚ ਸੈਂਟੀਮੀਟਰ ਸੈਂਟੀਮੀਟਰ ਕਰਕੇ ਅੱਗੇ ਵਧਣ ਦਾ ਯਤਨ ਕੀਤਾ। ਅਜੇ ਵੀ ਕੋਈ ਦਾਵਾ ਨਹੀਂ ਕਿ ਮੈਂ ਸਾਰਾ ਕੁਛ ਸਿੱਖ ਗਿਆ, ਅਜੇ ਬਹੁਤ ਕੁਛ ਸਿੱਖਣ ਵਾਲਾ ਪਿਆ ਹੈ। ਸਾਰੀ ਉਮਰ ਅਸੀਂ ਸਿੱਖਦੇ ਹਾਂ, ਇਹ ਮਾਨਸਿਕ ਵਿਕਾਸ ਲਗਾਤਾਰ ਹੋਣਾ ਚਾਹੀਦਾ, ਤਾਂ ਅਸੀਂ ਸੱਚੀ ਮੁੱਚੀ ਇਨਸਾਨ ਬਣਾਂਗੇ। ਪੁੜ ਧਰਤੀ ਪੁੜ ਆਸਣ ਪਾਣੀ ਚਾਰ ਕੁੰਡ ਚਾ ਵਾਰਾ, ਸਗਲ ਭਵਨ ਕੀ ਮੂਰਤ ਏਕਾ, ਮੁਖ ਤੇਰਾ ਟਕਸਾਲਾ, ਮੇਰੇ ਸਾਹਿਬਾ ਤੇਰੇ ਚੋਜ ਵਡਾਣਾ, ਜਲ ਥਲ ਮਈਅਲ ਭਰਪੁਰ ਲੀਣਾ, ਆਪੇ ਸਰਬ ਸਮਾਣਾ। ਤੂੰ ਬਹੁਤ ਮਹਾਨ ਹੈ, ਤੇਰਾ ਅੰਤ ਕੋਈ ਨਹੀਂ ਹੈ, ਜਹ ਜਹ ਦੇਖਾਂ ਤੈ ਜੋਤ ਤੁਮਾਰੀ, ਤੇਰਾ ਰੂਪ ਕਨੇਹਾ। ਮੈਂ ਤੇਰੀ ਜੋਤ ਤਾਂ ਦੇਖਦਾ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਪਰ ਤੇਰਾ ਰੂਪ ਕਿਹੋ ਜਿਹਾ ਮੈਂ ਬਿਆਨ ਨਹੀਂ ਕਰ ਸਕਦਾ। ਹੁਣ ਜੋਤ ਕੀ ਹੈ, ਇੱਥੇ ਜਰਾ ਧਿਆਨ ਮਾਰਨਾ। ਉਂਝ ਮੂੰਹ ਜ਼ਬਾਨੀ ਤਾਂ ਸਾਰੇ ਕਹਿ ਦਿੰਦੇ ਆ ਕਿ ਸਾਰੇ ਬੰਦਿਆਂ 'ਚ ਪਰਮਾਤਮਾ ਦੀ ਜੋਤ ਹੈ, ਪਰ ਅਮੀਰ ਨੂੰ ਗਰੀਬ ਦੇ ਵਿੱਚ ਉਹ ਜੋਤ ਨਜ਼ਰ ਨਹੀਂ ਆਉਂਦੀ, ਨਫ਼ਰਤ ਕਰਦਾ। ਉੱਚੀ ਜਾਤ ਵਾਲੇ ਨੂੰ ਆਖੀ ਜਾਂਦੀ, ਛੋਟੀ ਜਾਤ ਵਾਲੇ 'ਚ ਉਹ ਜੋਤ ਨਜ਼ਰ ਨਹੀਂ ਆਉਂਦੀ ਅਤੇ ਉਹਦੇ ਨਾਲ ਨਫ਼ਰਤ ਕਰਦਾ। ਅਤੇ ਬੀਬੀਆਂ ਭੈਣਾਂ 'ਚ ਉਹ ਜੋਤ ਨਜ਼ਰ ਨਹੀਂ ਆਉਂਦੀ, ਕਈਆਂ ਥਾਵਾਂ 'ਤੇ ਬੀਬੀਆਂ ਨਾਲ ਵੀ ਵਿਤਕਰਾ ਕੀਤਾ ਜਾਂਦਾ।
ਤੇ ਫਿਰ ਜਾਨਵਰਾਂ 'ਚ ਪਸ਼ੂ ਪੰਛੀਆਂ 'ਚ ਵੀ ਜੋਤ ਉਹੀ ਹੋਣੀ ਚਾਹੀਦੀ ਹੈ। ਅਤੇ ਜੇ ਕੋਈ ਸ਼ਰਾਰਤੀ ਸਾਨੂੰ ਸ਼ਰਾਰਤ ਕਰਕੇ ਕਹਿ ਦੇਵੇ ਕਿ ਆ ਮਲ ਮੂਤਰ ਦੇ ਵਿੱਚ ਗੰਦਗੀ ਦੇ ਵਿੱਚ ਵੀ ਉਹੀ ਜੋਤ ਹੈ, ਫਿਰ ਕੀ ਕਰਾਂਗੇ? ਫਿਰ ਤਾਂ ਮੱਥਾ ਫੜ ਕੇ ਬਹਿ ਜਾਂਗੇ ਵੀ ਹੈ ਇਹਦਾ ਹੁਣ ਕੀ ਕਰੀਏ, ਗੰਦਗੀ ਦੇ ਵਿੱਚ ਵੀ ਉਹੀ ਜੋਤ ਹੈ। ਅਸਲ ਦੇ ਵਿੱਚ ਇੱਕ ਨਿਯਮ, ਗੰਦਗੀ ਆਪਣੇ ਆਪ ਦੇ ਵਿੱਚ ਕੋਈ ਮਾੜੀ ਨਹੀਂ, ਸਾਨੂੰ ਮਾੜੀ ਲੱਗਦੀ ਹੈ। ਉਹੀ ਗੰਦਗੀ ਖੇਤਾਂ 'ਚ ਪੈਂਦੀ ਹੈ ਤਾਂ ਆਪਣਾ ਰੂਪ ਬਦਲ ਕੇ ਖੇਤਾਂ ਦੀ ਖੁਰਾਕ ਬਣਦੀ ਹੈ, ਉਹਨਾਂ ਨੂੰ ਤਾਕਤ ਦਿੰਦੀ ਹੈ ਅਤੇ ਚੱਕਰ ਕੱਟ ਕੇ ਫਿਰ ਸਾਡੇ ਕੋਲ ਆ ਜਾਂਦੇ ਨੇ ਫਲ ਫਰੂਟ ਸਬਜ਼ੀਆਂ ਅੰਨ ਦਾਣਾ। ਪਰ ਰੂਪ ਬਦਲ ਲਿਆ ਨਾ। ਅਤੇ ਗੁਰੂ ਸਾਹਿਬ ਕਹਿ ਰਹੇ ਨੇ ਜਹਿ ਜਹਿ ਦੇਖਾਂ ਤਾਂ ਜੋ ਤੁਮਾਰੀ ਤੇਰਾ ਰੂਪ ਕਨੇਹਾ, ਇੱਕ ਤਾਂ ਰੂਪ ਫਿਰੈ ਪ੍ਰਚੰਨਾ ਨਾ ਕੋਈ ਕਿਸੇ ਹੀ ਜਿਹਾ, ਵੱਖੋ ਵੱਖਰੇ ਨੇ ਸਾਰੇ। ਅੰਡੇ 'ਚ ਜੇਰਜ ਉਤਪਜ ਸੇਤਜ ਤੇਰੇ ਕੀਤੇ ਜਨਤਾ, ਕੋਈ ਅੰਡਿਆਂ ਤੋਂ ਪੈਦਾ ਹੁੰਦਾ, ਕੋਈ ਜੇਰ ਤੋਂ ਪੈਦਾ ਹੁੰਦਾ, ਕੋਈ ਬਨਸਪਤੀ ਆਦਿਕ ਆਪਣੇ ਆਪ ਮੀਂਹ ਪਏ ਤੋਂ ਪੈਦਾ ਹੁੰਦੀ ਹੈ, ਅਤੇ ਤਰ੍ਹਾਂ ਤਰ੍ਹਾਂ ਦੇ ਜੀਵ ਅਨੇਕਾਂ ਢੰਗਾਂ ਨਾਲ ਪੈਦਾ ਹੁੰਦੇ ਨੇ। ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮੈਂ ਵਰਤਨਤਾ, ਹੇ ਨਿਰੰਕਾਰ ਤੇਰਾ ਹੁਕਮ ਤੇਰਾ ਨਿਯਮ ਤੇਰਾ ਕਰਮ ਸਾਰਿਆਂ 'ਚ ਇਕਸਾਰ ਵਰਤ ਰਿਹਾ, ਤੂੰ ਬਹੁਤ ਮਹਾਨ ਹੈ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਤੇਰੇ ਗੁਣ ਬਹੁਤ ਨੇ, ਤੂੰ ਬਹੁਤ ਮਹਾਨ ਹੈ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਕੀਜੈ। ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਇਸ ਮਾਮਲੇ 'ਚ ਕਹਿ ਰਹੇ ਨੇ ਮੈਂ ਅਣਜਾਣ ਹਾਂ, ਮੈਂ ਮੂਰਖ ਹਾਂ, ਮੈਨੂੰ ਮਤ ਦੇ ਕਿ ਤੇਰੇ ਬਾਰੇ ਮੈਨੂੰ ਸਮਝ ਆ ਜਾਵੇ। ਪਰਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ, ਹੇ ਅਕਾਲ ਪੁਰਖ ਮੈਨੂੰ ਡੁੱਬਦੇ ਪੱਥਰ ਨੂੰ, ਅਗਿਆਨੀ ਨੂੰ ਅਕਲਵੰਦ ਬਣਾ ਦੇ, ਸਿਆਣਾ ਬਣਾ ਦੇ ਤਾਂ ਕਿ ਮੈਂ ਤੇਰੇ ਬਾਰੇ ਜਾਣ ਸਕਾਂ। ਇੱਕ ਦੋ ਗੱਲਾਂ ਜਿਹੜੀਆਂ ਕਿ ਅੱਜ ਦੇ ਹਾਲਾਤ 'ਤੇ ਭਾਵ ਕਿ ਰੱਬ ਦਾ ਸਰੂਪ ਬਿਆਨ ਕਰਨ ਵਾਲਿਆਂ ਦੀ ਹਾਲਤ, ਸਾਰੇ ਧਰਮ ਮੁਖੀਆਂ ਨੇ, ਆਪਾਂ ਤਾਂ ਕਹਿੰਦੇ ਨੇ ਕਿ ਰੱਬ ਇੱਕੋ ਹੀ ਹੈ ਅਤੇ ਜਨਮ ਨਹੀਂ ਲੈਂਦਾ, ਦੁਨੀਆਂ ਦੇ ਸਾਰੇ ਧਰਮ ਮੁਖੀਆਂ ਨੇ ਰੱਬ ਦਾ ਸਰੂਪ ਵੱਖੋ ਵੱਖਰਾ ਬਿਆਨ ਕੀਤਾ ਅਤੇ ਸੱਚ ਕਿਹਦੀ ਗੱਲ ਮੰਨੀ ਹੈ? ਹੁਣ ਇਹਦੋਂ ਬਿਹਤਰ ਤਾਂ ਇਹੀ ਹੈ ਕਿ ਇਹੋ ਮੰਨ ਲਈਏ ਕਿ ਉਹਦਾ ਕੋਈ ਸਰੂਪ ਨਹੀਂ ਹੈ, ਕਿਉਂਕਿ ਹਰੇਕ ਨੇ ਆਖਿਆ ਕਿ ਰੱਬ ਇਹੋ ਜਿਹਾ ਹੁੰਦਾ, ਕਿਤੇ ਰੱਬ ਸੱਪ 'ਤੇ ਬੈਠਾ ਹੈ, ਕਿਤੇ ਰੱਬ ਕੱਛੂ ਕੋਮੇ 'ਤੇ ਬੈਠਾ ਹੈ, ਕਿਤੇ ਰੱਬ ਘੋੜੇ 'ਤੇ, ਕਿਤੇ ਖੋਤੇ 'ਤੇ, ਕਿਤੇ ਪਾਣੀ ਚੁੱਭੀਆਂ ਰੱਬ ਮਾਰੀ ਜਾਂਦਾ, ਪਤਾ ਨਹੀਂ ਲੱਗਦਾ ਰੱਬ ਕਿੱਥੇ ਕਿੱਥੇ ਬੈਠਾ ਹੈ। ਅਤੇ ਆਪ ਹੀ ਰੱਬ ਨੂੰ ਬਣਾ ਲੈਣਾ, 10 ਦਿਨ ਪੂਜਾ ਕਰ ਲੈਣੀ ਅਤੇ ਆਪ ਹੀ ਜਾ ਕੇ ਸਮੁੰਦਰ 'ਚ ਜਾਂ ਦਰਿਆ 'ਚ ਰੋੜਿਆ ਆਉਣਾ ਰੱਬ ਨੂੰ, ਇਹ ਸਾਰਾ ਕੋਈ ਤਮਾਸ਼ਾ ਆਪਾਂ ਵੇਖ ਰਹੇ ਹਾਂ ਨਾ। ਬੱਚਿਆਂ ਦੀ ਖੇਡ ਤਾਂ ਹੋ ਸਕਦੀ ਹੈ, ਰੱਬ ਵਾਲੀ ਕੋਈ ਗੱਲ ਨਹੀਂ ਹੈ ਇਹਦੇ ਵਿੱਚ, ਆਪਾਂ ਬੱਚਿਆਂ ਦੀ ਖੇਡ ਤੋਂ ਉੱਪਰ ਉੱਠੀਏ, ਕਿਉਂਕਿ ਮਾਨਸਿਕ ਵਿਕਾਸ ਦੇ ਮੁਤਾਬਕ ਸਾਡੀ ਜਿਹੜੀ ਬੁੱਧੀ ਹੈ ਵਿਕਸਿਤ ਹੋਣੀ ਚਾਹੀਦੀ ਹੈ। ਬੱਚੇ ਜਿੰਨਾ ਚਿਰ ਛੋਟੇ ਨੇ ਉਤਨੀ ਦੇਰ ਖਿਡਾਉਣਿਆਂ ਨਾਲ ਖੇਡਦੇ ਨੇ, ਜਦੋਂ ਵੱਡੇ ਹੋ ਜਾਂਦੇ ਨੇ ਉਹ ਖਿਡਾਉਣਿਆਂ ਨੂੰ ਫਿਰ ਛੱਡ ਦਿੰਦੇ ਨੇ, ਉਹਨਾਂ ਦੀ ਖੇਡ ਫਿਰ ਹੋਰ ਤਰ੍ਹਾਂ ਦੀ ਹੁੰਦੀ ਹੈ। ਇਹ ਮਾਨਸਿਕ ਵਿਕਾਸ ਨਾਲ ਜੁੜੀਆਂ ਗੱਲਾਂ ਨੇ। ਸਾਰੇ ਧਰਮਾਂ ਦੇ ਮੁਖੀਆਂ ਨੇ ਰੱਬ ਦਾ ਸਰੂਪ ਅਤੇ ਸ੍ਰਿਸ਼ਟੀ ਦੀ ਰਚਨਾ ਅਲੱਗ ਅਲੱਗ ਤਰੀਕਿਆਂ ਨਾਲ ਬਿਆਨ ਕੀਤੀ ਹੈ, ਅਤੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਮੈਂ ਨਹੀਂ ਜਾਣਦਾ ਇਹ ਕਿਵੇਂ ਪੈਦਾ ਹੋਊਗੀ, ਇਹ ਤੇਰੇ ਆਪਣੇ ਨਿਯਮ ਦੇ ਵਿੱਚ ਪੈਦਾ ਹੋਈ ਹੈ। ਰੱਬ ਦੇ ਨਾਮ ਸਾਰੇ ਧਰਮਾਂ ਵਾਲਿਆਂ ਨੇ ਵੱਖੋ ਵੱਖਰੇ ਰੱਖੇ ਨੇ, ਇਹ ਵੀ ਨਹੀਂ ਮਿਲਦੇ, ਫਿਰ ਕਿਹੜਾ ਸੱਚ ਮੰਨੀਏ? ਇਸੇ ਕਰਕੇ ਗੁਰੂ ਸਾਹਿਬ ਨੇ ਸਪਸ਼ਟ ਹੀ ਕਹਿ ਦਿੱਤਾ, ਕਿਰਤਮ ਨਾਮ ਕਥੇ ਤੇਰੇ ਜੀਵਾ ਸਤ ਨਾਮ ਤੇਰਾ ਪਰਾਪੂਰਬਲਾ। ਬੜੇ ਨਾਮ ਨੇ ਤੇਰੇ ਕੰਮ ਨੂੰ ਵੇਖ ਕੇ, ਲੋਕਾਂ ਨੇ ਬਹੁਤ ਤੇਰੇ ਨਾਮ ਰੱਖ ਦਿੱਤੇ, ਮੈਂ ਤਾਂ ਇੱਕੋ ਹੀ ਗੱਲ ਜਾਣਦਾ ਕਿ ਤੈਨੂੰ ਸਤਨਾਮ ਹੀ ਕਹੀ ਦੀਏ, ਭਾਵ ਕਿ ਤੂੰ ਸੱਚ ਹੈ, ਤੂੰ ਮੌਜੂਦ ਹੈ, ਸ੍ਰਿਸ਼ਟੀ ਨੂੰ ਚਲਾਉਣ ਵਾਲਾ ਬਣਾਉਣ ਵਾਲਾ ਤੂੰ ਹੈ, ਇਹੋ ਹੀ ਕਾਫੀ ਹੈ। ਤੇ ਫਿਰ ਅਫਰੀਕੀ ਲੋਕ ਮਗਰ ਮੱਛ ਨੂੰ ਵੀ ਰੱਬ ਸਮਝ ਕੇ ਪੂਜਦੇ ਰਹੇ ਨੇ। ਇੱਕ ਜਿਹੜਾ ਦਰਖਤਾਂ ਦੇ ਚੜ੍ਹਨ ਵਾਲਾ ਸ਼ੇਰ ਹੈ ਇਹਨੂੰ ਜਗੁਆਰ ਕਹਿੰਦੇ ਨੇ, ਇਹਦੀ ਵੀ ਉਹ ਪੂਜਾ ਕਰਦੇ ਨੇ, ਉਹਨੂੰ ਰੱਬ ਸਮਝਦੇ ਨੇ। ਬੜੇ ਰੱਬ ਨੇ ਤਰ੍ਹਾਂ ਤਰ੍ਹਾਂ ਦੇ ਆਪੋ ਆਪਣੇ, ਹਰੇਕ ਦੇਸ਼ ਦੇ ਅਤੇ ਹਰੇਕ ਫਿਰਕੇ ਦੇ ਅੱਡੋ ਅੱਡ ਰੱਬ ਨੇ, ਅਤੇ ਹੌਲੀ ਹੌਲੀ ਰੱਬ ਦਾ ਸੰਕਲਪ ਜਿਉਂ ਜਿਉਂ ਅਕਲ ਆਉਂਦੀ ਹੈ ਇਹ ਬਦਲਦਾ ਜਾ ਰਿਹਾ। ਗੁਰੂ ਨਾਨਕ ਸਾਹਿਬ ਨੇ ਜੋ ਬਹੁਤ ਪਹਿਲਾਂ ਕਿਹਾ ਸੀ ਉਹਦੇ ਨੇੜੇ ਤੇੜੇ ਆ ਰਹੇ ਨੇ। ਭਾਰਤ ਵਿੱਚ ਤਾਂ ਸੱਪ, ਬਾਂਦਰ, ਚੂਹੇ, ਕੁੱਤੇ, ਗਾਵਾਂ, ਹਾਥੀ ਇਹ ਸਾਰੇ ਹੀ ਰੱਬ ਬਣੇ ਹੋਏ ਨੇ, ਸਾਰਿਆਂ ਦੀ ਪੂਜਾ ਹੋ ਰਹੀ ਹੈ। ਅਤੇ ਕਮਾਲ ਦੀ ਹੈ ਬੰਦਿਆਂ ਦੀ ਦੁਰਗਤ ਹੋ ਰਹੀ ਹੈ, ਬੰਦਿਆਂ ਦੀ ਸੰਭਾਲ ਨਹੀਂ ਹੁੰਦੀ, ਜਾਨਵਰਾਂ ਦੀ ਬਹੁਤ ਪੂਜਾ ਹੁੰਦੀ ਹੈ। ਅਤੇ ਵਾਹਿਗੁਰੂ ਸਾਨੂੰ ਆਪ ਹੀ ਸਮਰਥ ਦੇਣ, ਗੁਰਬਾਣੀ ਸਾਡੇ ਕੋਲ ਮੌਜੂਦ ਹੈ ਇਹਦੇ ਤੋਂ ਸਮਰਥ ਲਈਏ। ਰੱਬ ਨੇ ਕਦੇ 24 ਅਵਤਾਰਾਂ ਦਾ ਰੂਪ ਧਾਰਨ ਕਰਕੇ ਇੱਥੇ ਆ ਕੇ ਜਨਮ ਲੈਣਾ ਸ਼ੁਰੂ ਕਰ ਦਿੱਤਾ, ਕਿਉਂਕਿ ਆਪੋ ਆਪਣੀ ਮਨਾਵਤ ਹੈ ਹਰੇਕ ਦੀ, ਕੋਈ ਸਰੂਪ ਇੱਕ ਥੋੜ੍ਹਾ ਰਹੇਗਾ ਰੱਬ ਦਾ। ਥਾਂ ਤੇ ਪੁਜਾਰੀ ਲੋਕਾਂ ਨੇ ਫਿਰ ਰੱਬ ਦਾ ਹਊਆ ਕੁਝ ਪਿਆਰ ਕੁਝ ਡਰ ਖੜਾ ਕਰਕੇ ਸਾਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਕਿ ਅਸਲੀ ਰੱਬ ਦਾ ਵਿਚੋਲਾ ਮੈਂ ਆ, ਤੁਸੀਂ ਮੈਨੂੰ ਦਾਨ ਦੇ ਦਿਓ ਤੇ ਰੱਬ ਕੋਲ ਸਿੱਧੀ ਬਿਲਟੀ ਮੈਂ ਕਰਾ ਦਿਆਂਗਾ। ਪਤਾ ਨਹੀਂ ਟਰਾਂਸਪੋਰਟ ਖੋਲ੍ਹੀ ਹੈ ਨਾ ਪੁਜਾਰੀਆਂ ਨੇ ਸਾਰੇ ਕਿਤੇ, ਰੇਲਵੇ ਵਿਭਾਗ ਖੋਲ੍ਹੇ ਆ ਜਾਂ ਇਹਨਾਂ ਨੇ ਹਵਾਈ ਜਹਾਜ਼ ਕੋਈ ਕਿਰਾਏ 'ਤੇ ਲਏ ਹੋਏ ਨੇ ਕਿ ਇੱਥੋਂ ਮਾਲ ਲੱਦਿਆ ਕਿ ਰੱਬ ਜੀ ਕੋਲ, ਉਂਝ ਆਪੇ ਕਹੀ ਜਾਣਗੇ ਰੱਬ ਕਿਤੇ ਉੱਪਰ ਬੈਠਾ। ਅਤੇ ਇਹਨਾਂ ਨੂੰ ਪੁੱਛੀਏ, ਗੁਰੂ ਨਾਨਕ ਸਾਹਿਬ ਨੇ ਬਹੁਤ ਪਹਿਲਾਂ 500 ਸਾਲ ਪਹਿਲਾਂ ਉਹ ਕਲਯੁਗੀ ਪੰਡੇ ਨੂੰ ਆਖਿਆ ਸੀ ਕਿ ਤੇਰੇ ਪਿੱਛੇ ਲੋਟਾ ਤਾਂ ਤੈਨੂੰ ਦਿਸਦਾ ਕੋਈ ਨਹੀਂ, ਅਤੇ ਤੈਨੂੰ ਸਵਰਗ ਨਰਕ ਅਤੇ ਹੋਰ ਸਾਰਾ ਕੁਝ ਦਿਸਦਾ, ਕਮਾਲ ਹੈ, ਤੇਰੇ ਪਿੱਛੇ ਪਿਆ ਲੋਟਾ ਨਹੀਂ ਦਿਸਦਾ ਹੈ। ਕਹਿੰਦਾ ਜੀ ਰੋਟੀ ਦਾ ਮਸਲਾ ਹੈ,
ਲੋਟਾ ਤੇ ਰੋਟੀ ਜੁੜੀ ਹੋਈ ਹੈ, ਲੋਟੇ ਨਾਲ ਨਾ ਰੋਟੀ ਜੁੜੀ ਹੋਈ ਹੈ, ਕਿਰਪਾ ਕਰੋ ਮੇਰਾ ਲੋਟਾ ਦੇ ਦਿਓ ਤੇ ਰੋਟੀ ਮੇਰੀ ਨਾ ਖੋਵੋ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੈਂ ਬੰਦਿਆਂ ਵਾਲੇ ਕੰਮ ਕਰ। ਉਹਨੇ ਉਹਦੇ ਤਾਂ ਹੋਰ ਟਿਕਾਣੇ ਆ ਗਏ, ਪਰ ਅੱਜ ਤੱਕ ਸਾਡੇ ਸਿੱਖਾਂ ਦੇ ਵਿੱਚ ਬੇਅੰਤ ਪੁਜਾਰੀ ਇਹੋ ਜਿਹੇ ਪੈਦਾ ਹੋ ਗਏ ਨੇ, ਆਪਣੇ ਪਿੱਛੇ ਪਿਆ ਲੋਟਾ ਭਾਵੇਂ ਨਾ ਦਿਸੇ ਪਰ ਉਹਨਾਂ ਨੂੰ ਸੱਚਖੰਡ ਜ਼ਰੂਰ ਦਿਸੀ ਜਾਂਦਾ ਹੈ। ਸਾਰੇ ਕਹੀ ਜਾਂਦੇ ਮੈਨੂੰ ਸੱਚਖੰਡ 'ਚ ਪਤਾ ਉੱਥੇ ਰੱਬ ਕੀ ਕਰਦਾ, ਗੁਰੂ ਕੀ ਕਰਦਾ, ਤੇ ਤੁਹਾਡੇ ਆਪ ਹੀ ਸਾਰੇ ਕੰਮ ਸੰਵਾਰ ਦੂਗਾ। ਤੁਸੀਂ ਮੇਰਾ ਕਹਿਣਾ ਮੰਨ ਕੇ ਨਾ ਆ ਅਖੰਡ ਪਾਠ ਇੱਕ ਕਰਾ ਦਿਓ, ਇੰਨਾ ਕੁ ਸਿਮਰਨ ਕਰ ਲਿਓ, ਇੰਨਾ ਕੁ ਦਾਨ ਕਰ ਦਿਓ, ਮੈਂ ਸਾਰੇ ਕੰਮ ਰੱਬ ਨੂੰ ਕਹਿ ਕੇ ਤੁਹਾਡੇ ਠੀਕ ਕਰਵਾ ਦਾਂਗਾ। ਜੇ ਨਹੀਂ ਹੋਣਗੇ ਠੀਕ ਤੇ ਫਿਰ ਤੁਹਾਡੀ ਸ਼ਰਧਾ 'ਚ ਥੋੜ੍ਹਾ ਜਿਹਾ ਵਿਘਨ ਰਹਿ ਗਿਆ ਸੀ। ਇਹ ਕਹਿ ਕੇ ਖੜਾ ਛੜਾ ਵਾਲੇ ਸ਼ਰਧਾ ਨਹੀਂ ਪੂਰੀ ਕੀਤੀ ਤੁਸੀਂ, ਸ਼ਰਧਾ ਜੇ ਰੱਖਦੇ ਹੁਣ ਸ਼ਰਧਾ ਦਾ ਕੋਈ ਥਰਮਾਮੀਟਰ ਤਾਂ ਹੈ ਨਹੀਂ। ਪਰ ਇਹ ਕਹਿ ਕੇ ਹੁਣ ਤੁਸੀਂ ਦੁਬਾਰਾ ਫਿਰ ਵਿਧੀ ਪੂਰਵਕ ਅਸੀਂ ਜਿਹੜੇ ਨਾ ਅਸਲੀ ਪੱਕੇ ਸਿੱਖ ਜਿਹੜੇ ਹਰ ਵਾਰੀ ਕੇਸੀ ਇਸ਼ਨਾਨ ਕਰਕੇ ਆਉਣ ਤੇ ਵਧੀਆ ਚੋਲੇ ਪਾ ਕੇ ਧੋਏ ਹੋਏ ਚੋਲੇ ਪਾ ਕੇ ਆਉਣ ਤੇ ਗਿਰੀਆਂ ਬਦਾਮਾਂ ਜਿਹੜੇ ਖਾਣ ਹੋਰ ਕੁਝ ਨਾ ਖਾਣ, ਉਹ ਅਸੀਂ ਹੁਣ ਅਖੰਡ ਪਾਠ ਕਰਾਂਗੇ ਫਿਰ ਸਾਰੇ ਕੰਮ ਹੋ ਜਾਣਗੇ। ਇੱਦਾਂ ਕਰਦਿਆਂ ਦੀ ਉਮਰ ਬੀਤ ਜਾਂਦੀ ਹੈ ਤੇ ਅਸੀਂ ਗੁਰਬਾਣੀ ਨੂੰ ਸਮਝ ਕੇ ਆਪ ਯਤਨ ਨਹੀਂ ਕਰਦੇ ਕਿ ਆਪਣੀ ਜ਼ਿੰਦਗੀ ਜਿਹੜੀ ਢਾਲੀਏ। ਰੱਬ ਤੋਂ ਰੋਟੀ ਲੈ ਕੇ ਰੱਬ ਤੋਂ ਰੋਟੀ ਮੰਗ ਕੇ ਇਹ ਲੋਕ ਸਾਨੂੰ ਸੋਨਾ ਦੇਣ ਦਾ ਯਤਨ ਕਰਦੇ ਨੇ। ਰੱਬ ਤੁਹਾਨੂੰ ਸੋਨਾ ਦੇਊਗਾ, ਤੁਸੀਂ ਮੈਨੂੰ ਰੋਟੀ ਦੇ ਦਿਓ। ਤੇ ਰੱਬ ਦੇ ਬਹਾਨੇ ਇਹਨਾਂ ਲੋਕਾਂ ਨੇ ਧਨ ਦੌਲਤ ਜ਼ਮੀਨ ਤਾਂ ਲਈ ਲਈ ਸੀ, ਲੋਕਾਂ ਦੀਆਂ ਜਵਾਨ ਲੜਕੀਆਂ ਵੀ ਇਹਨਾਂ ਨੇ ਆਪਣੇ ਡੇਰਿਆਂ 'ਚ ਅਗਿਆਨੀ ਲੋਕਾਂ ਤੋਂ ਲੈ ਲਈਆਂ ਕਿ ਆਪਣੀ ਧੀ ਦਾਨ ਕਰ ਦਿਓ ਫਿਰ ਤੁਹਾਨੂੰ ਸਾਰਾ ਕੁਝ ਮਿਲੇਗਾ। ਤੇ ਅਗਿਆਨੀ ਮੂਰਖ ਲੋਕ ਇਹ ਕਰਤੂਤ ਵੀ ਕਰਦੇ ਰਹੇ ਨੇ, ਇਹ ਮਾੜਾ ਕੰਮ ਇਹ ਜ਼ੁਲਮ ਵੀ ਕਰਦੇ ਰਹੇ ਨੇ ਆਪਣੀਆਂ ਬੇਟੀਆਂ ਨਾਲ। ਅੱਜ ਤੱਕ ਭਾਰਤ ਦੇ ਵਿੱਚ 15 ਲੱਖ ਬਹੁਤ ਵੱਡੀ ਗਿਣਤੀ ਹੈ, ਕਈ ਦੇਸ਼ਾਂ ਦੀ ਆਬਾਦੀ ਨਹੀਂ ਇੰਨੀ ਇੰਨੀ ਹੈ, 15 ਲੱਖ ਲੜਕੀਆਂ ਦੇਵਦਾਸੀਆਂ ਬਣਾ ਕੇ ਮੰਦਰਾਂ 'ਚ ਨਰਕ ਵਰਗੀ ਗੰਦੀ ਜ਼ਿੰਦਗੀ ਜਿਉਣ 'ਤੇ ਮਜਬੂਰ ਨੇ ਅੱਜ ਤੱਕ। ਜਦੋਂ ਪਹਿਲਾਂ ਲੜਕੀਆਂ ਦੀ ਪਹਿਲੀਆਂ ਜਿਹੜੀਆਂ ਮੰਦਰ 'ਚ ਮੌਜੂਦ ਨੇ ਉਹਨਾਂ ਦੀ ਉਮਰ ਜ਼ਰਾ ਵੱਡੀ ਹੋ ਗਈ, ਉਹਨਾਂ ਨੂੰ ਬੇਸ਼ਮਾਵਾਂ ਦੇ ਕੋਠਿਆਂ 'ਤੇ ਵੇਚ ਦਿੱਤਾ ਜਾਂਦਾ ਅਤੇ ਉਹਨਾਂ ਦੀ ਥਾਂ 'ਤੇ ਨਵੀਆਂ ਆ ਜਾਂਦੀਆਂ ਨੇ। ਇਹ ਰੱਬ ਦੇ ਨਾਂ 'ਤੇ ਸਾਰਾ ਕੁਝ ਹੋ ਰਿਹਾ। ਜੇ ਡਾਇਰੈਕਟਰ ਰੱਬ 'ਚ 'ਤੇ ਬੈਠਾ ਅਤੇ ਨਾ ਪੁਜਾਰੀਆਂ ਨੂੰ ਧੂ ਕੇ ਬਾਹਰ 'ਚੋਂ ਨਹੀਂ ਸੁੱਟ ਦਿੰਦਾ ਵੀ ਪੁਜਾਰੀ ਇੰਨਾ ਪਾਪ ਕਰ ਰਹੇ ਨੇ, ਅਤੇ ਲੋਕਾਂ ਨੂੰ ਸਿੱਧੀ ਅਕਲ ਕਿਉਂ ਨਹੀਂ ਦਿੰਦਾ ਕਿ ਪਾਪ ਕਰਨ ਦੇ ਵਿੱਚ ਤੁਸੀਂ ਭਾਗੀਦਾਰ ਨਾ ਬਣੋ। ਪਰ ਇਹ ਸਭ ਕੁਝ ਚੱਲੀ ਜਾ ਰਿਹਾ ਰੱਬ ਦੇ ਨਾਂ 'ਤੇ, ਰੱਬ ਸ਼ਾਇਦ ਆਪ ਹੀ ਵਾਹਿਗੁਰੂ ਕਰੀ ਜਾਂਦਾ ਬੈਠਾ ਦੇਖ ਕੇ ਕਿ ਠੀਕ ਤਾਂ ਹੋਣਾ ਨਹੀਂ, ਚੱਲ ਮੈਂ ਹੁਣ ਸਮਾਧੀ ਲਾ ਕੇ ਬਹਿ ਜਾਵਾਂ, ਇਹ ਤਾਂ ਇੱਦਾਂ ਹੀ ਕਰਨਗੇ ਸਾਰਾ ਕੁਝ। ਦੁਨੀਆਂ ਵਿੱਚ ਰਾਜਿਆਂ ਨੂੰ ਰੱਬ ਬਣਾ ਕੇ ਪੇਸ਼ ਕੀਤਾ ਗਿਆ ਕਿ ਰਾਜਾ ਜੋ ਕਰਦਾ ਉਹ ਠੀਕ ਕਰਦਾ, ਉਹ ਤੇ ਕਿੰਤੂ ਪਰੰਤੂ ਨਹੀਂ ਕਰਨਾ, ਇਸ ਕਰਕੇ ਉਹ ਕਿਸੇ ਨੂੰ ਕਤਲ ਕਰੇ, ਕਿਸੇ ਦਾ ਘਰ ਉਜਾੜੇ, ਕਿਸੇ ਦੀ ਸੋਹਣੀ ਲੜਕੀ ਨੂੰ ਜਬਰੀ ਉਧਾਲ ਕੇ ਆਪਣੇ ਮਹਿਲ 'ਚ ਦਾਖਲ ਕਰ ਲਵੇ, ਕੋਈ ਪੁੱਛਣ ਵਾਲਾ ਨਹੀਂ ਹੈ, ਉਹ ਰੱਬ ਦਾ ਰੂਪ ਹੈ। ਰੱਬ ਨੇ ਪਿਛਲੇ ਜਨਮ ਦੇ ਵਿੱਚ ਭਗਤੀ ਕਰਨ ਦੇ ਕਾਰਨ ਉਹਨੂੰ ਰਾਜਾ ਬਣਾਇਆ, ਉਹ ਰੱਬ ਦਾ ਆਪਣਾ ਰੂਪ ਹੈ, ਹੁਣ ਤੁਸੀਂ ਉਹ 'ਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ। ਇਹ ਵੀ ਪ੍ਰਚਾਰਿਆ ਗਿਆ ਤਾਂ ਕਿ ਅਸੀਂ ਕਦੇ ਬਗਾਵਤ ਨਾ ਕਰੀਏ, ਜ਼ੁਲਮ ਦੇ ਵਿਰੁੱਧ ਆਵਾਜ਼ ਨਾ ਉਠਾਈਏ। ਗੁਰੂ ਸਾਹਿਬ ਨੇ ਤਾਂ ਸਾਰਿਆਂ ਦੇ ਵਿਰੁੱਧ ਆਵਾਜ਼ ਉਠਾਈ ਹੈ। ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਣ, ਬੈਠੇ ਸੁੱਤੇ ਚਾਕਰ ਨਹੁੰਦਾ ਪਾਇਣ, ਘੋ ਰੱਤ ਪਿੱਤ ਕੁੱਤੇ ਹੋ ਚੱਟ ਜਾਓ। ਇਹ ਜਿਹੜੇ ਰਾਜੇ ਨੇ ਇਹ ਸੀ ਪਾੜ ਕੇ ਖਾਣ ਵਾਲੇ ਸ਼ੇਰ ਬਣੇ ਨੇ, ਇਹਨਾਂ ਦੇ ਅਫਸਰ ਬਘਿਆੜ ਬਣੇ ਨੇ, ਲੋਕਾਂ ਦਾ ਖੂਨ ਪੀ ਰਹੇ ਨੇ, ਸਭ ਕੁਝ ਲੁੱਟ ਕੇ ਖਾ ਗਏ ਨੇ। ਗੁਰੂ ਨਾਨਕ ਸਾਹਿਬ ਤਾਂ ਇਹ ਕਰੜੀ ਤੋਂ ਕਰੜੀ ਭਾਸ਼ਾ ਬੋਲ ਰਹੇ ਨੇ ਤੇ ਇਹ ਲੋਕ ਦੂਜੇ ਕਹਿ ਰਹੇ ਨੇ ਕਿ ਤਾਂ ਜੀ ਰੱਬ ਦਾ ਰੂਪ ਹੁੰਦੇ ਨੇ ਸਾਰੇ ਜਿਹੜੇ ਰਾਜੇ ਰੂਜੇ ਹੁੰਦੇ ਨੇ, ਇਹਨਾਂ ਦੇ ਵਿਰੁੱਧ ਕਦੀ ਨਹੀਂ ਬੋਲਣਾ। ਪਿਛਲੇ ਜਨਮ 'ਚ ਇਹਨਾਂ ਨੇ ਭਗਤੀ ਤਪੱਸਿਆ ਦਾਨ ਪੁੰਨ ਬਹੁਤ ਕੀਤਾ ਸੀ, ਇਸ ਕਰਕੇ ਇਸ ਅਹੁਦੇ 'ਤੇ ਬੈਠੇ ਨੇ। ਅਤੇ ਤੁਸੀਂ ਗਰੀਬ ਕਿਉਂ, ਤੁਸੀਂ ਕੋਈ ਪਿਛਲੇ ਜਨਮ 'ਚ ਦਾਨ ਪੁੰਨ ਨਹੀਂ ਕੀਤਾ, ਹੁਣ ਇਹ ਜਨਮ 'ਚ ਜਿਹੜਾ ਕੁਝ ਪੱਲੇ ਹੈ ਉਹ ਲੁਟਾ ਦਿਓ, ਸਾਨੂੰ ਦੇ ਦਿਓ, ਫਿਰ ਅਗਲੇ ਜਨਮ 'ਚ ਤੁਹਾਨੂੰ ਸਾਰਾ ਕੁਝ ਮਿਲੂਗਾ। ਇਹੋ ਚੱਲ ਰਿਹਾ ਨਾ ਸਾਰਾ ਕੁਝ, ਇਸ ਜਨਮ 'ਚ ਨਹੀਂ ਅਗਲੇ ਜਨਮ 'ਚ ਜਾ ਕੇ। ਅਤੇ ਆਪਾਂ ਦੁਕਾਨ ਤੋਂ ਸੌਦਾ ਲੈਣਾ ਹੋਵੇ, ਜੇ ਦੁਕਾਨਦਾਰ ਕਹਿੰਦੇ ਨਾ 2 ਘੰਟਿਆਂ ਨੂੰ ਚੀਜ਼ ਲੈ ਜੀ ਪੈਸੇ ਦੇ ਜਾ, ਅਤੇ ਅੱਗੋਂ ਗਾਹਕ ਆ ਕਿਹਾ ਕਿ ਮੇਰਾ ਦਿਮਾਗ ਖਰਾਬ ਹੋਇਆ, ਚੀਜ਼ 2 ਘੰਟਿਆਂ ਨੂੰ ਦੇਵੇਗਾ, ਪੈਸੇ ਮੈਂ ਪਹਿਲਾਂ ਦੇ ਜਾ, ਜਦੋਂ ਚੀਜ਼ ਮਿਲੂਗੀ ਪੈਸੇ ਉਦੋਂ ਦੇਵਾਂਗਾ। ਅਤੇ ਜਿਹੜੇ ਇਹ ਦੁਕਾਨਦਾਰ ਨੇ ਧਾਰਮਿਕ ਅਹੁਦਿਆਂ 'ਤੇ ਬੈਠੇ, ਉਹ 2 ਘੰਟੇ ਨਹੀਂ, 2 ਦਿਨ ਨਹੀਂ, 2 ਮਹੀਨੇ ਨਹੀਂ, ਬਲਕਿ ਅਗਲੇ ਜਨਮ 'ਚ ਕਹਿੰਦੇ ਨੇ ਕਿ ਤੁਹਾਨੂੰ ਪੈਸਾ ਦੇ ਜਾ ਅਤੇ ਅਗਲੇ ਜਨਮ 'ਚ ਸਾਰਾ ਤੁਹਾਨੂੰ ਇਹਦਾ ਰਿਜ਼ਲਟ ਮਿਲੇਗਾ, ਜਿਹੜਾ ਫਾਇਦਾ ਅਗਲੇ ਜਨਮ 'ਚ ਮਿਲੇਗਾ। ਅਸੀਂ ਸੱਚ ਮੰਨ ਲੈਂਦੇ ਕਿ ਠੀਕ ਹੈ ਜੀ, ਅਗਲੇ ਜਨਮ ਤੱਕ ਦੀ ਉਧਾਰ ਸਹੀ, ਫਿਰ ਹੱਦ ਹੋ ਗਈ ਹੈ, ਇੰਨੇ ਨਾ ਸਮਝ ਹੋ ਗਏ ਅਸੀਂ ਗੁਰਬਾਣੀ ਦੀ ਅਤੇ ਬਾਕੀ ਸਮਾਜਿਕ ਵਣਤਾਰੇ ਦੀ ਅੱਜ ਤੱਕ ਸਾਨੂੰ ਸਮਝ ਨਹੀਂ ਆਈ। ਅਤੇ ਇੱਥੋਂ ਤੱਕ ਤਾਕਤਵਰ ਬੰਦਾ ਹੀ ਰੱਬ ਹੈ ਇਹ ਬਣਾ ਲਿਆ ਗਿਆ, ਕਿਉਂਕਿ ਉਹਨੂੰ ਰੋਕਣ ਵਾਲਾ ਕੋਈ ਨਹੀਂ ਹੈ। ਜਦੋਂ ਅਮਰੀਕੇ ਵਾਲੇ ਕਿਤੇ ਜਾਤੀ ਕਰਨ ਕਿਸੇ ਦੇਸ਼ 'ਤੇ, ਫਿਰ ਕਹਿਣਾ ਹੀ ਪਊਗਾ ਜੀ ਰੱਬ ਦੀ ਰਜ਼ਾ ਮਿੱਠੀ ਕਰਕੇ ਮੰਨੋ, ਕਿਉਂਕਿ ਉਹਨਾਂ ਦੇ ਵਿਰੁੱਧ ਅਸੀਂ ਕੁਛ ਨਹੀਂ ਕਰ ਸਕਦੇ। ਘਰ ਦੇ ਵਿੱਚ ਕੋਈ ਜਾਤੀ ਕਰਦਾ ਤਾਕਤਵਰ ਬੰਦਾ, ਫਰਜ਼ ਕਰੋ ਆਦਮੀ ਆਪਣੀ ਪਤਨੀ 'ਤੇ ਕੋਈ ਜ਼ੁਲਮ ਜ਼ੋਰ ਕਰਦਾ,
ਜੇ ਉਹਦਾ ਇਹਨਾਂ ਦੇਸ਼ਾਂ 'ਚ ਤਾਂ ਬਹੁਤ ਕੁਝ ਹੈ, ਪੁਲਿਸ ਨੂੰ ਫੋਨ ਕਰਕੇ ਝੱਟ ਦੱਸਿਆ ਜਾ ਸਕਦਾ, ਪਰ ਉੱਧਰ ਤਾਂ ਫਿਰ ਰੱਬ ਦੀ ਰਜਾ ਹੀ ਮੰਨਣੀ ਪੈਂਦੀ ਹੈ ਨਾ ਵੀ ਠੀਕ ਹੀ ਹੈ ਜਿਹੜਾ ਕੁਝ ਹੋ ਰਿਹਾ। ਗੁਰੂ ਪਿਆਰ ਵਾਲਿਓ, ਮੈਂ ਆਪਣੇ ਘਰ ਆਖਰੀ ਗੱਲ ਕਹਿ ਕੇ ਸਮਾਪਤੀ ਕਰਨ ਲੱਗਿਆ, ਬਹੁਤ ਪਹਿਲਾਂ ਤਕਰੀਬਨ 25-30 ਸਾਲ ਪਹਿਲਾਂ ਆਪਣੇ ਘਰ ਦੇ ਵਿੱਚ ਇੱਕ ਬਾਂਦਰ ਦੀ ਫੋਟੋ ਲਾਈ ਸੀ ਆਪਣੇ ਟੇਬਲ ਦੇ ਉੱਤੇ, ਮੇਜ਼ ਦੇ ਉੱਤੇ। ਬਾਂਦਰ ਨੇ ਐਨਕਾਂ ਲਾਈਆਂ ਨੇ, ਕੋਟ ਪਾਇਆ, ਟਾਈ ਲਾਈ ਹੈ ਅਤੇ ਜੇਬ ਨੂੰ ਪੈਨ ਲੱਗਿਆ, ਸਾਹਮਣੇ ਉਹ ਲਿਖਣ ਵਾਲਾ ਸਮਾਨ ਪਿਆ। ਅਤੇ ਜਿਹੜਾ ਭਰਾ ਆਇਆ ਕਰੇ ਮੈਨੂੰ ਮਿਲਣ ਗਿਲਣ ਵਾਲਾ ਕੋਈ ਆ ਕੇ ਬੈਠਿਆ ਕਰੇ ਵੀ ਯਾਰ ਬੰਦਾ ਤਾਂ ਤੂੰ ਭਾਈ ਚੰਗਾ ਲੱਗਦਾ ਸੀ, ਆਹ ਬਾਂਦਰ ਦੀ ਫੋਟੋ ਇੱਥੇ ਕਾਹਤੋਂ ਲਾਈ ਹੈ। ਮੈਂ ਕੋਈ ਗੱਲ ਨਹੀਂ, ਤੁਸੀਂ ਬੈਠੋ ਦੇਖੋ, ਕਈਆਂ ਨੂੰ ਤਾਂ ਸਮਝ ਆ ਜਾਣੀ ਅਤੇ ਜਿਹਨੂੰ ਨਾ ਸਮਝ ਆਉਣੀ ਵਾਰ ਵਾਰ ਪੁੱਛਣਾ ਵੀ ਕਿਸੇ ਗੁਰੂ ਦੀ ਫੋਟੋ ਲਾ ਦੇ ਕਿਸੇ ਦੀ, ਕਿਸੇ ਬੱਬਰ ਸ਼ੇਰ ਸਿੱਖ ਦੀ ਫੋਟੋ ਲਾ ਦੇ, ਪਰ ਬਾਂਦਰ ਦੀ ਕਿਉਂ ਲਾਈ ਹੈ? ਮੈਂ ਕਹਿ ਕਰ ਇਹਦੇ ਥੱਲੇ ਆਖਰੀ ਜਿਹੜੀ ਸਭ ਤੋਂ ਹੇਠਲੀ ਲਾਈਨ ਹੈ ਉਹ ਪੜ੍ਹ ਕੇ ਵੇਖ ਕੀ ਲਿਖਿਆ। ਜਦੋਂ ਉਹਨੇ ਪੜ੍ਹਨਾ ਅਤੇ ਬੰਦਾ ਹੱਕਾ ਬੱਕਾ ਹੋ ਜਾਂਦਾ। ਉੱਥੇ ਲਿਖਿਆ ਸੀ ਬੌਸ ਇਜ ਆਲਵੇਜ ਰਾਈਟ, ਬੌਸ ਇਜ ਆਲਵੇਜ ਰਾਈਟ, ਤੁਹਾਡਾ ਤਾਕਤਵਰ ਹਾਕਮ ਮਾਲਕ ਬੌਸ ਉਹ ਭਾਵੇਂ ਬਾਂਦਰ ਹੈ ਤੁਹਾਨੂੰ ਉਹਦੀ ਗੱਲ ਮੰਨਣੀ ਪਊਗੀ। ਗੱਲ ਤਾਕਤ ਦੀ ਹੈ, ਬੌਸ ਇਜ ਆਲਵੇਜ ਰਾਈਟ, ਤਾਕਤਵਰ ਬੰਦਾ ਹਮੇਸ਼ਾ ਠੀਕ ਹੁੰਦਾ ਕਿਉਂਕਿ ਜ਼ੋਰ ਨਹੀਂ ਸਾਡਾ ਉਹਦੇ ਮੂਹਰੇ। ਉਦੋਂ ਕਹਿ ਦਿੰਦਾ ਰੱਬ ਦੀ ਰਜਾ ਫਿਰ ਇਸੇ ਤਰ੍ਹਾਂ ਹੀ ਹੈ। ਗੁਰੂ ਪਿਆਰ ਵਾਲਿਓ, ਸਿਆਣੇ ਬਣਨਾ, ਤਾਕਤਵਰ ਬਣਨਾ ਹੈ, ਹਰੇਕ ਥਾਂ 'ਤੇ ਤਾਕਤ ਦੀ ਵੀ ਲੋੜ ਨਹੀਂ ਪੈਂਦੀ, ਅਕਲ ਦੀ ਲੋੜ ਬਹੁਤੀਆਂ ਥਾਵਾਂ 'ਤੇ ਪੈਂਦੀ ਹੈ। ਜਦੋਂ ਆਪਣੇ ਕੋਲ ਅਕਲ ਹੈ, ਤਾਕਤ ਦੂਜਿਆਂ ਦੀ ਬੰਦਾ ਵਰਤ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਵਾਲ ਆਇਆ ਕਿ ਜੇ ਰੱਬ ਦੀ ਹੋਂਦ ਨੂੰ ਕੋਈ ਬੰਦਾ ਨਾ ਮੰਨੇ ਤਾਂ ਕੀ ਉਹ ਅੱਛਾ ਜੀਵਨ ਨਹੀਂ ਜਿਉ ਸਕਦਾ? ਧਰਮ ਕਿਸੇ 'ਤੇ ਜ਼ਬਰਦਸਤੀ ਥੋਪੇ ਜਾਣ ਵਾਲੀ ਵਸਤੂ ਨਹੀਂ ਹੈ। ਜੇ ਕੋਈ ਇਨਸਾਨ ਰੱਬ ਦੀ ਹੋਂਦ ਨੂੰ ਨਾ ਮੰਨੇ ਤਾਂ ਉਹਨੂੰ ਇਹ ਜ਼ਬਰੀ ਨਹੀਂ ਕਿਹਾ ਜਾ ਸਕਦਾ ਕਿ ਤੂੰ ਸਾਡੇ ਧਰਮ ਨੂੰ ਮੰਨ ਅਤੇ ਤੈਨੂੰ ਨਹੀਂ ਤਾਂ ਜਿਉਣ ਦਾ ਹੱਕ ਨਹੀਂ ਹੈ। ਮਸਲਾ ਹੈ ਧਰਮ ਦੇ ਰਾਹੀਂ ਚੰਗਾ ਇਨਸਾਨ ਬਣਨ ਦਾ। ਜੇ ਇਹਦੇ ਤੋਂ ਬਿਨਾਂ ਵੀ ਕੋਈ ਚੰਗਾ ਇਨਸਾਨ ਬਣ ਸਕਦਾ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਬਹੁਤ ਖੁਸ਼ੀ ਦੀ ਗੱਲ ਹੈ। ਅਗਲਾ ਸਵਾਲ ਇੱਕ ਆਇਆ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਇਹਦਾ ਕੀ ਮਤਲਬ ਹੈ? ਇਹ ਹੈ ਰਾਮਦਾਸ ਭਾਵ ਕਿ ਪਰਮਾਤਮਾ ਦੇ ਦਾਸਾਂ ਦਾ ਸਰੋਵਰ, ਸੰਗਤ ਰੂਪੀ ਸਰੋਵਰ। ਗੁਰੂ ਦੀ ਸਿੱਖਿਆ ਦੇ ਨਾਲ ਜਿਹੜੇ ਮਨ ਦੇ ਰੋਗ ਭਾਵ ਵਿਕਾਰ ਨੇ ਉਹਨਾਂ ਨੂੰ ਖਤਮ ਕਰਨ ਦਾ ਉਪਦੇਸ਼ ਹੈ। ਨਹੀਂ ਤਾਂ ਜੇ ਇਕੱਲਾ ਸਰੋਵਰ ਦੇ ਵਿੱਚ ਨਹਾਉਣ ਦੀ ਗੱਲ ਹੁੰਦੀ ਤਾਂ ਜਲ ਕੇ ਮੱਜਣ ਜੇਗਤ ਹੋਵੇ ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੇ। ਭਾਵੇਂ ਡੱਡੂ ਹੀ ਬਣੇ ਰਹਿਣਗੇ, ਫਿਰ ਉਹ ਨਹਾਉਂਦੇ ਪੀ ਜਾਣਗੇ, ਉਹਨਾਂ ਨੂੰ ਪ੍ਰਾਪਤੀ ਕੋਈ ਨਹੀਂ ਹੋਣੀ। ਭਾਵ ਕਿ ਪਾਣੀ ਦੇ ਨਾਲ ਕੇਵਲ ਇਸ਼ਨਾਨ ਕਰਨਾ ਕਾਫੀ ਨਹੀਂ ਹੈ। ਹਾਂ, ਪਾਣੀ ਜਿਤਨਾ ਧੋ ਪਈ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਪਾਣੀ ਜਿਤਨਾ ਧੋ ਪਈ ਮੁੱਖ ਪੀਤਾ ਤਿੱਖ ਜਾਏ। ਜੇ ਪੀ ਲਵਾਂਗੇ ਤਾਂ ਪਿਆਸ ਤਾਂ ਬੁਝਦੀ ਹੈ, ਪਰ ਮਨ ਨੂੰ ਧੋਂਦਾ ਨਹੀਂ, ਧੋਂਦਾ ਤੇ ਸਰੀਰ ਨੂੰ ਹੈ, ਧੋਂਦਾ ਕੱਪੜੇ ਨੂੰ ਹੈ। ਮੂਤ ਪਲੀਤੀ ਕੱਪੜ ਹੋਏ, ਦੇਹ ਸਾਬਣ ਲਈ ਹੈ ਉਹ ਧੋਏ, ਭਰੀ ਹੈ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੇ ਰੰਗ। ਪਰਮਾਤਮਾ ਦੇ ਉਪਦੇਸ਼ ਭਾਵ ਕੇ ਗੁਰਬਾਣੀ ਦੇ ਚੰਗੇ ਉਪਦੇਸ਼ ਦੇ ਨਾਲ ਮਨ ਦੇ ਅੰਦਰੋਂ ਵਿਕਾਰਾਂ ਦੀ ਮੈਲ ਉਤਰਦੀ ਹੈ, ਇਹ ਭਾਵਨਾ ਹੈ। ਨਹੀਂ ਤੇ ਰਾਮਦਾਸ ਦੇ ਸਰੋਵਰ ਦੇ ਵਿੱਚ ਤਾਂ ਉੱਤੋਂ ਦੇ ਜਿਹੜੇ ਪੁਜਾਰੀ ਨੇ ਰੋਜ਼ਾਨਾ ਚੁੱਭੀਆਂ ਲਾਉਂਦੇ ਨੇ ਤੇ ਸਭ ਤੋਂ ਜ਼ਿਆਦਾ ਮਾੜੇ ਕੰਮ ਉਹੀ ਕਰਦੇ ਨੇ। ਅੱਗੋਂ ਤੀਰਥ ਤਪ ਦਇਆ ਦਾ ਦਾਨ, ਇਹ ਵੀ ਉਹੀ ਗੱਲ ਹੈ ਕਿ ਜਿਹੜੇ ਲੋਕ ਤੀਰਥਾਂ ਤੇ ਭਟਕਦੇ ਫਿਰਦੇ ਨੇ ਪਰ ਹੰਕਾਰੀ ਬਣ ਜਾਂਦੇ ਨੇ, ਦਾਨ ਕਰਦੇ ਨੇ ਪਰ ਹੰਕਾਰੀ ਬਣ ਜਾਂਦੇ ਨੇ। ਕਈ ਵਾਰੀ ਸਤੀ ਪਾਪ ਕਰ ਸਤ ਕਮਾਹੇ, ਗੁਰ ਦੀਖਿਆ ਘਰ ਦੇਵਣ ਜਾਹੇ। ਸਤੀ ਬਣੇ ਤਾਂ ਦਾਨੀ, ਇੱਥੇ ਦਾਨ ਤਾਂ ਕਰਦੇ ਨੇ ਪਰ ਦੋ ਨੰਬਰ ਦੀ ਕਮਾਈ ਨਾਲ ਕਰਦੇ ਨੇ, ਫਿਰ ਚੰਗੇ ਬਣਨ ਵਾਸਤੇ ਧਰਮੀ ਬਣਨ ਵਾਸਤੇ ਫਿਰ ਦਾਨ ਕਰਕੇ ਉਹ ਆਖੇ ਜਾਂਦੇ ਧਰਮੀ ਲੋਕਾਂ ਤੋਂ, ਗੁਰਦੁਆਰਾ ਕਮੇਟੀਆਂ ਤੋਂ ਫਿਰ ਸਰੋਪਾ ਲੈ ਕੇ ਬਹੁਤ ਸਾਰਾ ਪੈਸਾ ਦੇ ਕੇ ਇੱਕ ਤਰ੍ਹਾਂ ਦਾ ਸਰੋਪਾ ਮੁੱਲ ਖਰੀਦਦੇ ਨੇ ਕਿ ਹੁਣ ਸਾਨੂੰ ਧਰਮੀ ਹੋਣ ਦਾ ਸਰਟੀਫਿਕੇਟ ਦੇ ਦਿਓ। ਜੇ ਪਹਿਲੇ ਮਾੜੇ ਕੰਮ ਨਾ ਕਰਨ ਫਿਰ ਠੀਕ ਨਾ ਰਹੇ, ਪਰ ਮਾੜੇ ਕੰਮ ਕਰਨੇ ਨੇ ਉਹਦੇ ਵਿੱਚੋਂ ਫਿਰ ਦਾਨ ਦੇਣਾ, ਕਿਉਂਕਿ ਦਾਨ ਬਹੁਤਾ ਉਹੀ ਦੇ ਸਕਦਾ ਜਿਹੜਾ ਦੋ ਨੰਬਰ ਦੀ ਕਮਾਈ ਕਰਦਾ, ਦਸਾਂ ਉਹਨਾਂ ਦੀ ਕਿਰਤ ਕਰਨ ਵਾਲਾ ਤਾਂ ਆਪਣਾ ਪਰਿਵਾਰ ਹੀ ਮਸਾਂ ਪਾਲਦਾ। ਇੱਕ ਆਇਆ, ਏਵੜ ਵੱਡਾ ਏਵੜ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣਾ ਸੋਏ, ਭਾਵ ਕਿ ਤੁਸੀਂ ਰੱਬ ਨੂੰ ਜਾਣਨ ਬਾਰੇ ਗੱਲ ਆਖੀ ਹੈ ਕਿ ਪਰਮਾਤਮਾ ਜਿਹੜੇ ਆਪਾਂ ਹੋ ਨਹੀਂ ਸਕਦੇ, ਫਿਰ ਪਰਮਾਤਮਾ ਨੂੰ ਆਪਾਂ ਕਿਵੇਂ ਜਾਣ ਸਕਦੇ ਹਾਂ? ਮੈਂ ਤਾਂ ਪਹਿਲਾਂ ਵੀ ਬੇਨਤੀ ਕੀਤੀ ਹੈ, ਪਰਮਾਤਮਾ ਨੂੰ ਜਾਣਿਆ ਹੀ ਨਹੀਂ ਜਾ ਸਕਦਾ, ਉਹ ਕਿੱਡਾ ਵੱਡਾ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇੱਥੇ ਅੱਖਰ ਮੁੱਕ ਜਾਂਦੇ ਨੇ, ਦਿਮਾਗ ਮੁੱਕ ਜਾਂਦਾ, ਸ਼ਾਹੀ ਮੁੱਕ ਜਾਂਦੀ ਹੈ, ਪਰ ਪਰਮਾਤਮਾ ਦੇ ਗੁਣਾਂ ਨੂੰ ਅਤੇ ਉਹਦੀ ਸ਼ਖਸੀਅਤ ਨੂੰ ਕੋਈ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦਾ, ਕਿਉਂਕਿ ਉਹ ਤਾਂ ਇਹੋ ਜਿਹੀ ਹਾਲਤ ਪਹਿਲਾਂ ਵੀ ਮੈਂ ਬਿਆਨ ਕੀਤੀ ਹੈ ਕਿ ਸਾਡੀ ਸਮਝ ਤੋਂ ਪਰੇ ਦਾ ਵਿਸ਼ਾ। ਅਸੀਂ ਤਾਂ ਆਪਣੇ ਘਰ ਪਰਿਵਾਰ ਨੂੰ ਚਲਾਉਣ ਤੋਂ ਵੀ ਕਈ ਵਾਰੀ ਅਸਮਰੱਥ ਹੋ ਜਾਂਦੇ ਹਾਂ, ਰੁਜ਼ਗਾਰ ਵੀ ਸਾਡਾ ਖੁੱਸ ਜਾਂਦਾ, ਸਾਨੂੰ ਨਹੀਂ ਪਤਾ ਕਿ ਸਾਡਾ ਰੁਜ਼ਗਾਰ ਕਿਉਂ ਚਲਾ ਗਿਆ।
ਇਸੇ ਤਰ੍ਹਾਂ ਹੋਰ ਅਨੇਕਾਂ ਮੁਸ਼ਕਲਾਂ 'ਚ ਅਸੀਂ ਘਿਰ ਜਾਂਦੇ ਹਾਂ, ਨਿੱਕੇ ਨਿੱਕੇ ਮਸਲੇ ਸਾਡੇ ਤੋਂ ਉਲਝਾ ਨਹੀਂ ਹੁੰਦੇ ਅਤੇ ਮਗਰ ਪਏ ਹਾਂ ਰੱਬ ਦੇ ਕਿ ਰੱਬ ਦੀ ਸਾਨੂੰ ਛੇਤੀ ਸਮਝ ਆ ਜਾਵੇ। ਅਤੇ ਇਹ ਵਿਸ਼ਾ ਸਾਡੇ ਪਹੁੰਚ ਤੋਂ ਪਰੇ ਹੈ। ਇਹਨਾਂ ਕਹਿ ਲਈਏ ਕਿ ਜੋ ਕੁਦਰਤ ਨੇ ਪਰਮਾਤਮਾ ਨੇ ਬਣਾਇਆ ਸਾਨੂੰ ਦਿੱਤਾ ਉਹਦੀ ਘੱਟੋ ਘੱਟ ਵਰਤੋਂ ਕਰਨੀ ਸਿੱਖ ਜਾਈਏ। ਮੈਂ ਤਾਂ ਇਹ ਵੀ ਬੇਨਤੀ ਕਰਿਆ ਕਰਦਾ, ਇੱਥੇ ਦੇਵਤੇ ਬਣਾ ਕੇ ਹਵਾ ਅੱਗ ਪਾਣੀ ਆਦਿਕ ਬਹੁਤ ਪੂਜੇ ਗਏ ਨੇ, ਪਰ ਇਹਨਾਂ ਲੋਕਾਂ ਨੇ ਵਿਗਿਆਨੀਆਂ ਨੇ ਉਹਨਾਂ ਦੇਵਤਿਆਂ ਨੂੰ ਖੋਤੇ ਬਣਾ ਕੇ ਕੰਮ ਲੈਣਾ ਸ਼ੁਰੂ ਕਰ ਦਿੱਤਾ ਹੋਇਆ। ਸਾਰੇ ਦੇਵਤੇ ਸਾਡਾ ਕੰਮ ਕਰ ਰਹੇ ਨੇ, ਭਾਵ ਹਵਾ ਸਾਡੀ ਨੌਕਰ ਹੈ, ਅੱਗ ਸਾਡੀ ਨੌਕਰ ਲੱਗ ਚੁੱਕੀ ਹੋਈ ਹੈ। ਇਸੇ ਤਰ੍ਹਾਂ ਬਾਕੀ ਸਾਰੀਆਂ ਚੀਜ਼ਾਂ ਇਹਨਾਂ ਨੂੰ ਨੌਕਰ ਰੂਪ 'ਚ ਇੱਥੇ ਪੱਖਾ ਟੰਗ ਦਿੱਤਾ। ਪਹਿਲਾਂ ਇੱਦਾਂ ਇੱਦਾਂ ਪੱਖਾ ਕਰਕੇ ਬਾਹਾਂ ਰਹਿ ਜਾਂਦੀਆਂ ਸੀ, ਬੰਦੇ ਦਾ ਬੁਰਾ ਹਾਲ ਹੋ ਜਾਂਦਾ ਸੀ। ਵਿਗਿਆਨੀ ਨੇ ਆਹ ਜਿਹੜਾ ਪੱਖਾ ਲਾ ਦਿੱਤਾ ਛੱਤ 'ਤੇ ਏਸੀ ਬਣਾ ਦਿੱਤੇ, ਇਹ ਜ਼ਿਆਦਾ ਵਧੀਆ ਕੰਮ ਹੈ ਕਿ ਨਾਲੇ ਇਹਨੇ ਸੰਤ ਨਹੀਂ ਅਖਵਾਇਆ, ਨਾਲੇ ਪੂਜਾ ਨਹੀਂ ਕਰਵਾਈ। ਇਸ ਵਿਗਿਆਨੀ ਦਾ ਆਪਾਂ ਨਾਮ ਨਹੀਂ ਜਾਣਦੇ, ਪਰ ਹਵਾ ਉਹਨੇ ਤੁਹਾਨੂੰ ਦੇ ਦਿੱਤੀ ਹੈ। ਤੇ ਸਾਧ ਜਲਾ ਕਤਾਗਾ ਦੇ ਕੇ ਉੱਥੋਂ ਹੀ ਤੁਹਾਡੇ ਦਿੱਤੇ ਹੋਏ ਲਿਆਂਦੇ ਹੋਏ ਸੇਵ ਉਹਨਾਂ ਸੇਵਾਂ 'ਚੋਂ ਇੱਕ ਚੁੱਕ ਕੇ ਤੁਹਾਨੂੰ ਫੜਾ ਦਿੰਦਾ ਅਤੇ ਤੁਸੀਂ ਉਹਦੇ ਗੁਣਗਾਇਨ ਕਰੀ ਜਾਂਦੇ ਕਿ ਆਹ ਕਿੱਡਾ ਆਸ਼ੀਰਵਾਦ ਵਧੀਆ ਦੇਤਾ ਬਾਬੇ ਨੇ, ਕੁਮਾਰ ਹੋ ਗਈ ਹੈ। ਖੈਰ ਇਹ ਜਿਹੜੀਆਂ ਚੀਜ਼ਾਂ ਨੇ, ਅੱਗੇ ਲਿਖਿਆ ਇਹਨਾਂ ਨੇ ਸਵਾਲ ਕੀਤਾ ਕਿ ਕੀ ਰਹਿਤਨਾਮੇ ਜਾਂ ਸਿੱਖ ਰਹਿਤ ਮਰਿਆਦਾ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ। ਰਹਿਤਨਾਮੇ ਤਾਂ ਪੁਰਾਤਨ ਸਾਹਿਤ ਹੈ ਸਾਡਾ, ਉਹਦੇ ਵਿੱਚ ਤਾਂ ਤਬਦੀਲੀ ਨਾ ਕੀਤੀ ਜਾ ਸਕਦੀ ਹੈ, ਨਾ ਸਾਨੂੰ ਕਰਨ ਦੀ ਲੋੜ ਹੈ, ਕਿਉਂਕਿ ਪੁਰਾਤਨ ਗ੍ਰੰਥਾਂ ਦੇ ਵਿੱਚ ਅਦਲਾ ਬਦਲੀ ਕੀਤੀ ਜਾਣੀ ਇਹ ਚੰਗੀ ਨਹੀਂ ਹੁੰਦੀ। ਪਰ ਰਹਿਤ ਮਰਿਆਦਾ ਸਿੱਖਾਂ ਦੀ ਬਣਾਈ ਹੋਈ ਹੈ, ਲੋੜ ਵੇਲੇ ਉਹਦੇ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ। 1945 'ਚ ਬਣੀ ਹੈ। ਜੇ ਦੁਨੀਆਂ ਦੇ ਸਾਰੇ ਪਾਰਲੀਮੈਂਟ ਨੇ ਜਿਹੜੇ ਲੋੜ ਦੇ ਮੁਤਾਬਕ ਸੰਵਿਧਾਨ ਦੇ ਵਿੱਚ ਅਦਲਾ ਬਦਲੀਆਂ ਕਰਦੇ ਨੇ ਕਿ ਪਹਿਲਾਂ ਵਾਲਾ ਸੰਵਿਧਾਨ ਹੁਣ ਫਿੱਟ ਨਹੀਂ ਰਿਹਾ, ਹੁਣ ਆਪਾਂ ਬਦਲੀ ਕਰ ਲਈਏ, ਆਹ ਸੰਵਿਧਾਨ ਆਪਾਂ ਨੂੰ ਅਪਣਾਉਣਾ ਚਾਹੀਦਾ। ਇਸੇ ਤਰ੍ਹਾਂ ਸਿੱਖ ਰਹਿਤ ਮਰਿਆਦਾ ਸਿੱਖਾਂ ਦੇ ਭਲੇ ਵਾਸਤੇ ਹੈ। ਜੇ ਅੱਜ ਕੋਈ ਮਰਿਆਦਾ ਉਹਦੀ ਅੜਿੱਕਾ ਬਣਦੀ ਹੈ, ਉਹਦੇ 'ਚ ਤਬਦੀਲੀ ਕਰ ਲੈਣੀ ਜਾਇਜ਼ ਹੈ ਸਾਡੇ ਅਧਿਕਾਰ ਖੇਤਰ ਦੇ ਵਿੱਚ। ਇਸ ਤਰ੍ਹਾਂ ਅਰਥਾਂ ਦੇ ਸਮਝ ਤੋਂ ਬਿਨਾਂ ਕੀ ਗੁਰਬਾਣੀ ਪੜ੍ਹਨੀ ਜਾਇਜ਼ ਹੈ? ਪਹਿਲਾਂ ਆਪਾਂ ਅਰਥਾਂ ਤੋਂ ਬਿਨਾਂ, ਜਿਵੇਂ ਬੱਚਾ ਹੁੰਦਾ ਉਹ ਰੱਟਾ ਲਾ ਕੇ ਯਾਦ ਕਰਦਾ, ਫਿਰ ਹੌਲੀ ਹੌਲੀ ਉਹਨੂੰ ਉਹਨਾਂ ਗੱਲਾਂ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਜਿਵੇਂ ਮਾਨਸਿਕ ਵਿਕਾਸ ਹੋਵੇਗਾ ਤਾਂ ਸਾਨੂੰ ਗੁਰਬਾਣੀ ਸਮਝ ਆਉਣ ਲੱਗ ਪਏਗੀ। ਪਹਿਲੇ ਦਿਨ ਹੀ ਸਾਰੀ ਗੁਰਬਾਣੀ ਕਿਸੇ ਨੂੰ ਵੀ ਸਮਝ ਨਹੀਂ ਆਉਂਦੀ, ਕਿਉਂਕਿ ਭਾਸ਼ਾ ਦਾ ਵਿਰਥ ਹੈ ਜਿਹੜੀ 500 ਸਾਲ ਅਤੇ ਅੱਜ ਦੀ ਬੋਲੀ ਦੇ ਵਿੱਚ ਕਾਫੀ ਫਰਕ ਹੈ। ਕਈ ਚੀਜ਼ਾਂ ਬਦਲ ਗਈਆਂ ਨੇ, ਜਿਵੇਂ ਕੋਲੂ, ਚਰਖਾ, ਚੱਕੀ, ਚੱਕ, ਥਲ, ਬਰੋਲੇ, ਬਹੁਤ ਅਨੰਤ। ਹੁਣ ਕੋਲੂ ਦੱਸਣਾ ਪਊਗਾ ਕੋਲੂ ਕੀ ਹੁੰਦਾ, ਚੱਕ ਦੱਸਣਾ ਪਵੇਗਾ ਕੀ ਹੁੰਦਾ। ਕਈ ਚੀਜ਼ਾਂ ਮਿਟ ਗਈਆਂ, ਖਤਮ ਹੋ ਗਈਆਂ, ਫਿਰ ਉਹ ਸਮਝਣ ਵਾਸਤੇ ਸਾਨੂੰ ਡਿਕਸ਼ਨਰੀਆਂ ਦੇਖਣੀਆਂ ਪੈਂਦੀਆਂ ਨੇ। ਸੋ ਸਮਝਣ ਤੋਂ ਬਿਨਾਂ ਸ਼ੁਰੂ ਕਰਨਾ, ਪਰ ਇਹਨੂੰ ਆਖਰ ਨੂੰ ਪੜ੍ਹਦੇ ਪੜ੍ਹਦੇ ਸਮਝਣ ਲੱਗ ਪੈਣਾ। ਅਤੇ ਜੇ ਸਮਝਾਂਗੇ ਨਹੀਂ, ਸਾਰੀ ਉਮਰ ਲਗਾ ਦੇਵਾਂਗੇ, ਫਿਰ ਸੱਚਮੁੱਚ ਹੀ ਕੋਈ ਫਾਇਦਾ ਨਹੀਂ ਹੈ। ਇਸੇ ਤਰ੍ਹਾਂ ਕੀ ਸਿੱਖ ਧਰਮ ਵਿੱਚ ਭਾਈ ਲਾਲੋ ਵਰਗਾ ਕਿਰਤੀ ਵਿਅਕਤੀ ਦਾ ਸਤਿਕਾਰ ਹੈ? ਕੀ ਉਹਨੂੰ ਜਿਹੜਾ ਤਿਰਸਕਾਰ ਤਾਂ ਨਹੀਂ ਕੀਤਾ ਜਾਂਦਾ? ਇਹ ਮੇਰੇ ਇਕੱਲੇ ਦੇ ਵੱਸ ਨਹੀਂ ਹੈ। ਆਪਾਂ ਸਾਰੇ ਦੇਖੀਏ ਕਿ ਗੁਰਦੁਆਰਾ ਕਮੇਟੀਆਂ ਵੱਲੋਂ ਜਾਂ ਸਿੰਘ ਸਭਾਵਾਂ ਵੱਲੋਂ ਜਥੇਬੰਦੀਆਂ ਵੱਲੋਂ ਜਿਹੜੇ ਅਛੂਤ ਆਖੇ ਜਾਂਦੇ ਨੇ ਜਾਂ ਗਰੀਬ ਪਰਿਵਾਰਾਂ ਦੇ ਪਛੜੇ ਹੋਏ ਲੋਕ ਨੇ, ਉਹਨਾਂ ਨੂੰ ਆਪਾਂ ਕਿੰਨਾ ਕੁ ਮਾਣ ਦਿੰਦੇ ਹਾਂ? ਮਾਣ ਦੇਣ ਦਾ ਇਹ ਨਹੀਂ ਮਤਲਬ ਕਿ ਗੁਰਦੁਆਰੇ ਆਇਆ ਤਾਂ ਉਹਨੂੰ ਸਰੋਪਾ ਦੇ ਤਾ, ਉਹਨੂੰ ਲੰਗਰ ਖਵਾ ਤਾ, ਇੰਨਾ ਕਾਫੀ ਨਹੀਂ। ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਆਪਾਂ ਕੋਈ ਪ੍ਰਬੰਧ ਕਰਦੇ ਹਾਂ? ਰੁਜ਼ਗਾਰ 'ਤੇ ਲਾਉਣ ਦਾ ਕਦੀ ਸੋਚਿਆ ਉਹਨਾਂ ਨੂੰ ਪੈਰਾਂ 'ਤੇ ਖੜ੍ਹੇ ਕਰਨ ਦਾ? ਉਹਨਾਂ ਦੇ ਵਿੱਚ ਕੋਈ ਬਿਮਾਰੀ, ਕੋਈ ਐਕਸੀਡੈਂਟ, ਕੋਈ ਹੋਰ ਮੁਸੀਬਤ, ਮੁਕੱਦਮਾ ਵਗੈਰਾ ਆ ਪਿਆ, ਉਹਨਾਂ ਨੂੰ ਸੰਭਾਲਣ ਦੀਆਂ ਜਥੇਬੰਦੀਆਂ ਨੇ ਕਦੀ ਕੋਈ ਵਿਉਂਤਬੰਦੀ ਕੀਤੀ ਹੈ? ਜੇ ਇਹ ਆਪਾਂ ਕੰਮ ਕਰਦੇ ਹਾਂ ਫਿਰ ਤਾਂ ਮੁਬਾਰਕ ਹੈ, ਪਰ ਇਹ ਕੰਮ ਘੱਟ ਤੋਂ ਘੱਟ ਹੋ ਰਹੇ ਹੈ। ਇਸੇ ਕਰਕੇ ਉਹ ਲੋਕ ਕਈ ਵਾਰੀ ਦੂਜੇ ਧਰਮਾਂ ਵੱਲ ਕਨਵਰਟ ਹੋ ਰਹੇ ਨੇ, ਘੱਟੋ ਘੱਟ ਆਪਣੀ ਇੱਕ ਪਾਰਟੀ ਦੇ ਵਿੱਚ ਸੀਮਿਤ ਹੋ ਕੇ ਰਹਿ ਗਏ ਨੇ। ਸਿੱਖਾਂ ਨੇ ਇਸ ਪਾਸੇ ਬਹੁਤਾ ਧਿਆਨ ਹੀ ਨਹੀਂ ਦਿੱਤਾ, ਭਾਵ ਕਿ ਲੰਮੀ ਪਲਾਨ ਕੋਈ ਨਹੀਂ ਬਣਾਈ ਜਿਹੜਾ ਕਦੋਂ ਖੁਦਾਈ ਪਹਿਲੂ ਹੈ। ਇੱਕ ਸਵਾਲ ਪੁੱਛਿਆ ਗਿਆ, ਛੋਟਾ ਬੱਚਾ ਜਿਸ ਨੂੰ ਅੰਮ੍ਰਿਤ ਦੀ ਸਮਝ ਨਹੀਂ, ਉਸ ਨੂੰ ਅੰਮ੍ਰਿਤ ਛਕਾਉਣਾ ਠੀਕ ਹੈ ਕਿ ਗਲਤ? ਇੱਥੇ ਮੈਂ ਬੇਨਤੀ ਕਰ ਲਵਾਂ, ਅੰਮ੍ਰਿਤ ਛਕਣਾ ਖੰਡੇ ਕੀ ਪਹੁ ਲੈਣੀ, ਇਹ ਫੌਜ ਦੇ ਵਿੱਚ ਭਰਤੀ ਕਰਨ ਤੋਂ ਸੀ। ਮੈਂ ਖੁਦ ਫੌਜ 'ਚ ਰਹਿ ਕੇ ਆਇਆ, ਸਾਨੂੰ ਟ੍ਰੇਨਿੰਗ ਤੋਂ ਬਾਅਦ ਕਸਮ ਖਵਾਈ ਜਾਂਦੀ ਸੀ ਕਿ ਆਪਣੀ ਧਰਮ ਪੁਸਤਕ ਨੂੰ ਹਾਜ਼ਰ ਜਾਣ ਕੇ ਜਾਂ ਸੁਖਮਨੀ ਸਾਹਿਬ ਦੇ ਗੁਟਕੇ 'ਤੇ ਹੱਥ ਰੱਖ ਕੇ ਤੁਸੀਂ ਇਹ ਪ੍ਰਣ ਕਰੋ ਕਿ ਅੱਜ ਤੋਂ ਬਾਅਦ ਮੈਂ ਦੇਸ਼ ਦੇ ਜਿਹੜਾ ਸੰਵਿਧਾਨ ਹੈ ਉਹਦੇ ਪ੍ਰਤੀ ਵਫ਼ਾਦਾਰ ਰਹਾਂਗਾ, ਭਾਵੇਂ ਆਪਣੀ ਜਾਨ ਵੀ ਮੈਨੂੰ ਲੇਖੇ ਲਾਉਣੀ ਪਵੇ, ਮੈਂ ਕਦੀ ਧੋਖਾ ਨਹੀਂ ਦਿਆਂਗਾ। ਇੰਨੀ ਕੁ ਗੱਲ ਦੇ ਨਾਲ ਹੀ ਉਹਨੂੰ ਕਹਿੰਦੇ ਸੀ ਅੱਜ ਤੋਂ ਬਾਅਦ ਤੂੰ ਪੱਕਾ ਸਿਪਾਹੀ ਬਣ ਗਿਆ। ਟ੍ਰੇਨਿੰਗ ਪਹਿਲਾਂ ਦਿੰਦੇ ਸੀ ਅਤੇ ਫਿਰ ਇਹ ਕਸਮ ਖਵਾਉਂਦੇ ਸੀ, ਫਿਰ ਉਹਨੂੰ ਪੱਕੀ ਜਿਹੜੀ ਵਰਦੀ ਹੈ ਉਹ ਪਹਿਨਣ ਦਾ ਅਧਿਕਾਰ ਮਿਲ ਜਾਂਦਾ ਸੀ। ਉਦੋਂ ਪਹਿਲਾਂ ਉਹਨੂੰ ਮਜਰੀ ਡਰੈਸ ਕਹਿੰਦੇ ਸੀ, ਭਾਵ ਕਿ ਕੱਚੀ ਵਰਦੀ, ਉਹ ਪਾਉਂਦੇ ਹੁੰਦੇ ਸੀ। ਇਸੇ ਤਰ੍ਹਾਂ ਜੇ ਖੰਡੇ ਕੀ ਪਹੁਲ ਕਿਸੇ ਨੇ ਲੈਣੀ ਹੈ, ਪਹਿਲਾਂ ਤਿਆਰ ਹੋਵੇ, ਟ੍ਰੇਨਿੰਗ ਲਵੇ, ਸਿੱਖ ਧਰਮ ਦੇ ਗੁਣਾਂ ਦੀ, ਰਹਿਤ ਮਰਿਆਦਾ ਦੀ, ਸਭ ਕਾਸੇ ਦੀ ਜਦੋਂ ਜਾਣਕਾਰੀ ਲੈ ਲਈ,
ਉਹ ਜਵਾਨ ਹੋ ਗਿਆ, ਅਪਹਾਜ ਨਹੀਂ ਹੈ, ਬਿਮਾਰ ਨਹੀਂ ਹੈ, ਬੱਚਾ ਨਹੀਂ ਹੈ, ਬੁੱਢਾ ਨਹੀਂ ਹੈ। ਜੇ ਸਮਾਜ ਦੀ ਪੰਥ ਦੀ ਵੱਡੇ ਪੈਮਾਨੇ 'ਤੇ ਕੋਈ ਸੇਵਾ ਕਰਨੀ ਚਾਹੁੰਦਾ, ਉਹ ਆਪਣੇ ਆਪ ਨੂੰ ਵਲੰਟੀਅਰ ਪੇਸ਼ ਕਰੇ ਕਿ ਮੈਂ ਸਿੱਖ ਪੰਥ ਦੀ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਅਤੇ ਮੈਂ ਖੰਡੇ 'ਚ ਪਹੁਲ ਲੈ ਕੇ ਪ੍ਰਣ ਕਰਾਂਗਾ ਕਿ ਭਾਵੇਂ ਜਾਨ ਮਾਰ ਵੀ ਪੈ ਜਾਵੇ ਮੈਂ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਾਂਗਾ। ਜੇ ਤਾਂ ਇਹ ਭਾਵਨਾ ਵਿੱਚ ਹੈ ਫਿਰ ਤਾਂ ਖੰਡੇ 'ਚ ਪਹੁਲ ਲੈਣੀ ਵਾਜਬ ਹੈ, ਨਹੀਂ ਤਾਂ ਬੱਚਿਆਂ ਨੂੰ, ਬੁੜਿਆਂ ਨੂੰ, ਵਿਚਾਰਿਆਂ ਨੂੰ, ਅਪਾਹਜਾਂ ਨੂੰ, ਸਾਰਿਆਂ ਨੂੰ ਕਿ ਤੈਨੂੰ ਸਵਰਗ ਮਿਲੂਗਾ, ਤੈਨੂੰ ਝੂਠੇ ਮਿਲਣਗੇ ਸਵਰਗ ਦੇ, ਇਹ ਕਹਿ ਕੇ ਅੰਮ੍ਰਿਤ ਛਕਾਇਆ ਜਾ ਰਿਹਾ, ਇਹਦੀ ਕੋਈ ਜ਼ਰੂਰਤ ਨਹੀਂ। ਤਾਂ ਇਸੇ ਤਰ੍ਹਾਂ ਦਾ ਇੱਕ ਹੋਰ ਸਵਾਲ ਸੀ, ਇਹਨੂੰ ਦੁਹਰਾਉਣ ਦੀ ਲੋੜ ਨਹੀਂ ਹੈ। ਇੱਕ ਇੱਥੇ ਸਵਾਲ ਹੈ, ਆਉਣ ਵਾਲੀ ਪੀੜ੍ਹੀ ਦੇ ਸੰਦਰਭ ਵਿੱਚ ਸਿੱਖ ਧਰਮ ਦਾ ਪਸਾਰਾ ਦੇਸ਼ ਵਿੱਚ ਜਾਂ ਵਿਦੇਸ਼ਾਂ ਵਿੱਚ ਜ਼ਿਆਦਾ ਹੋਵੇਗਾ? ਸੰਭਾਵਨਾ ਤਾਂ ਹੈ ਹੋਣ ਦੀ ਜੇ ਆਪਾਂ ਕੰਮ ਕਰਾਂਗੇ ਇਹਦੇ ਵਾਸਤੇ। ਗੁਰੂ ਨਾਨਕ ਸਾਹਿਬ ਨੇ ਕੰਮ ਕੀਤਾ ਸੀ ਤਾਂ ਕੁਝ ਸਿੱਖਾਂ ਦੀ ਗਿਣਤੀ ਉਹਨਾਂ ਦੇ ਨਾਲ ਤੁਰੀ ਹੈ, ਸਿੱਖ ਬਣੇ ਨੇ, ਸਮਝ ਆਈ ਹੈ, ਅਕਲ ਆਈ ਹੈ। ਅਤੇ ਕੁਝ ਸਮਾਂ ਪਹਿਲਾਂ, 47 ਤੋਂ ਪਹਿਲਾਂ ਜਾਂ ਉਦੋਂ ਹੋਰ ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ, ਕੋਈ ਸਕੂਲ ਭਾਰਤ ਦੇ ਵਿੱਚ ਨਹੀਂ ਹੁੰਦਾ ਸੀ। ਡੇਰਿਆਂ 'ਚ, ਗੁਰਦੁਆਰਿਆਂ 'ਚ, ਮਸਜਿਦਾਂ 'ਚ, ਮੰਦਰਾਂ 'ਚ ਥੋੜ੍ਹੀ ਬਹੁਤੀ ਪੜ੍ਹਾਈ ਕਰਵਾਈ ਜਾਂਦੀ ਸੀ। ਗੋਰਿਆਂ ਨੇ ਉੱਧਰ ਜਾ ਕੇ, ਭਾਵੇਂ ਕੋਈ ਲੱਖ ਮਾੜੇ ਆਖੀ ਜਾਵੇ ਕਿਸੇ ਕਾਰਨ ਕਰਕੇ, ਪਰ ਇਹਨਾਂ ਨੇ ਸਕੂਲ ਖੋਲ੍ਹੇ, ਕਾਲਜ ਖੋਲ੍ਹੇ, ਯੂਨੀਵਰਸਿਟੀਆਂ ਖੋਲ੍ਹੀਆਂ। ਇਹ ਜਿਹੜਾ ਧਰਮ ਦੀ ਬਲਗਣ ਦੇ ਵਿੱਚੋਂ ਵਿੱਦਿਆ ਨੂੰ ਆਜ਼ਾਦ ਕੀਤਾ ਅਤੇ ਹੌਲੀ ਹੌਲੀ ਲੋਕਾਂ ਨੂੰ ਸਮਝ ਆਉਣੀ ਸ਼ੁਰੂ ਹੋਈ ਅਤੇ ਉਹ ਵਿਦਵਾਨ ਬਣੇ ਅਤੇ ਵੱਡੇ ਅਹੁਦਿਆਂ ਨੂੰ ਸੰਭਾਲ ਜੋਗੇ ਹੋਏ। ਤਾਂ ਜੇ ਤਾਂ ਅਸੀਂ ਵੀ ਧਰਮ ਦੀ ਕੋਈ ਵਿੱਦਿਆ, ਸਮਾਜ ਦੇ ਭਲੇ ਦੀ ਕੋਈ ਵਿੱਦਿਆ ਲੋਕਾਂ ਨੂੰ ਦੇਣ ਦਾ ਉਪਰਾਲਾ ਕਰਾਂਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਕਮੇਟੀ ਅਤੇ ਹੋਰ ਸਾਡੇ ਸਿੱਖ ਭਰਾ ਵਿਦੇਸ਼ਾਂ 'ਚ ਵਸਣ ਵਾਲੇ ਅਰਬਾਂਪਤੀ ਨੇ, ਜੇ ਤਾਂ ਉਹ ਇਸ ਪਾਸੇ ਧਿਆਨ ਦੇਣਗੇ, ਕਾਲਜਾਂ ਦੀ, ਯੂਨੀਵਰਸਿਟੀਆਂ ਦੀ ਜਾਂ ਮੀਡੀਏ ਦਾ ਵੱਡਾ ਹਿੱਸਾ ਆਪਣੇ ਹੱਕ 'ਚ ਭੁਗਤਾਉਣ ਦੀ, ਟੀਵੀ ਚੈਨਲ ਚਲਾਉਣ ਦੀ, ਜੇ ਤਾਂ ਕੋਈ ਯੋਜਨਾ ਬਣਾ ਕੇ ਕੰਮ ਕਰਨਗੇ, ਫਿਰ ਤਾਂ ਸਿੱਖ ਧਰਮ ਦਾ ਪਸਾਰਾ ਬਹੁਤ ਹੋ ਸਕਦਾ। ਵਰਨਾ ਜਿਹੜੀ ਹਾਲਤ ਅੱਜ ਆਪਣੀ ਹੋਈ ਹੋਈ ਹੈ ਉਹ ਆਪਾਂ ਨੂੰ ਪਤਾ ਹੀ ਹੈ, ਕੰਮ ਕੀਤੇ ਤੋਂ ਬਿਨਾਂ ਕੁਝ ਨਹੀਂ ਹੋਣਾ। ਸਿਆਣਪ ਦੇ ਨਾਲ ਸਾਨੂੰ ਪਲੈਨਿੰਗ ਬਣਾ ਕੇ ਭਵਿੱਖ ਦੀ ਰੂਪ ਰੇਖਾ ਉਲੀਕ ਕੇ ਕੰਮ ਕਰਨਾ ਪਵੇਗਾ। ਇਹਨਾਂ ਲੋਕਾਂ ਨੇ ਆਉਣ ਵਾਲੇ ਸਮੇਂ 'ਚ 10 ਸਾਲਾਂ 'ਚ ਕੀ ਹੋਵੇਗਾ, ਸੜਕਾਂ ਕਿੰਨੀਆਂ ਚੌੜੀਆਂ ਕਰਨੀਆਂ ਨੇ, ਕਿਹੜੀ ਚੀਜ਼ ਦੀ ਲੋੜ ਹੈ, ਅਤੇ ਜਾਂ ਗੱਡੀਆਂ ਮੋਟਰਾਂ ਕਿੰਨੀਆਂ ਕੁ ਵੱਧ ਜਾਣਗੀਆਂ, ਆਬਾਦੀ ਕਿੰਨੀ ਵੱਧ ਜਾਵੇਗੀ, ਸਕੂਲ ਕਿੰਨੇ ਚਾਹੀਦੇ ਨੇ, ਇਹ 10-20 ਸਾਲ ਦੀ ਪਲੈਨਿੰਗ ਪਹਿਲਾਂ ਬਣਾਉਂਦੇ ਨੇ। ਅਤੇ ਸਾਡੇ ਤਾਂ 10-20 ਸਾਲ ਬੀਤ ਜਾਣ ਤੋਂ ਬਾਅਦ ਵੀ ਅੱਖਾਂ ਨਹੀਂ ਖੁੱਲ੍ਹਦੀਆਂ ਕਿ ਹੁਣ ਕੀ ਕਰੀਏ, ਕੰਮ ਤਾਂ ਬਹੁਤ ਵਿਗੜ ਗਿਆ। ਸੋ ਪਲੈਨਿੰਗ ਪਹਿਲਾਂ ਬਣਾਉਣ ਦੀ ਲੋੜ ਹੈ ਹਰੇਕ ਗੱਲ ਦੀ। ਅਤੇ ਇੱਕ ਸਵਾਲ ਆਇਆ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਇਹ ਦੋਹਰਾ ਕਿਸਨੇ ਲਿਖਿਆ, ਕੀ ਅਰਦਾਸ ਤੋਂ ਬਾਅਦ ਇਹ ਦੋਹਰਾ ਪੜ੍ਹਨਾ ਜਾਇਜ਼ ਹੈ? ਇਹ ਦੋਹਰਾ ਭਾਈ ਪ੍ਰਹਲਾਦ ਸਿੰਘ ਦਾ ਲਿਖਿਆ ਹੋਇਆ, ਜਿਹੜਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸੇਵਕ ਸੀ, ਉਹਨਾਂ ਦੇ ਨੇੜੇ ਸੀ, ਅਤੇ ਇਹ ਦੋਹਰਾ ਜ਼ਰੂਰ ਪੜ੍ਹ ਲੈਣਾ ਚਾਹੀਦਾ, ਕਿਉਂਕਿ ਇਹੋ ਜਿਹੇ ਦੋਹਰੇ ਨਾ ਪੜ੍ਹਾ ਕੇ ਸਾਨੂੰ ਰਾਜ ਦੇ ਸੰਕਲਪ ਤੋਂ ਦੂਰ ਕੀਤਾ ਜਾ ਰਿਹਾ, ਕਿਉਂਕਿ ਇਹਦੇ ਵਿੱਚ ਰਾਜ ਕਰੇਗਾ ਖਾਲਸਾ, ਆ ਕੀ ਰਹੇਗਾ ਕੋਈ, ਇਹ ਚੀਜ਼ ਆ ਰਹੀ ਹੈ ਨਾ ਦਰਬਾਰ ਸਾਹਿਬ ਦੇ ਵਿੱਚ, ਜਿਹੜਾ ਸਾਡਾ ਸਭ ਤੋਂ ਪ੍ਰਮੁੱਖ ਥਾਂ ਕਹਿੰਦੇ ਹਾਂ। ਗੋਰਿਆਂ ਨੇ, ਅੰਗਰੇਜ਼ਾਂ ਨੇ ਜਦੋਂ ਪੰਜਾਬ 'ਤੇ ਕਬਜ਼ਾ ਕਰ ਲਿਆ 1849 'ਚ, ਹੌਲੀ ਹੌਲੀ ਸਾਰੇ ਕਿਤੋਂ ਦੋਹਰੇ ਪੜ੍ਹਨੇ ਉਹਨਾਂ ਨੇ ਬੰਦ ਕਰਵਾਤੇ। ਅਤੇ ਤੁਹਾਨੂੰ ਅਰਦਾਸ ਦੇ ਵਿੱਚ ਵੀ ਸਾਰੇ ਕਿਤੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਲਿਖਿਆ ਤਾਂ ਮਿਲੇਗਾ, ਅਰਦਾਸ ਵੀ ਉਹਨਾਂ ਦੀ ਮਰਜ਼ੀ ਨਾਲ ਬਣੀ ਹੈ। ਰਾਜ ਵਾਸਤੇ ਕਿਸੇ ਨੇ ਸੀਸ ਦਿੱਤਾ ਹੋਵੇ ਇਹਦਾ ਜ਼ਿਕਰ ਨਹੀਂ ਕਰਨ ਦਿੱਤਾ, ਵੀ ਇਹ ਨਹੀਂ ਗੱਲ ਪਾਉਣੀ ਹੈ, ਰਾਜ ਵਾਲੀ ਗੱਲ ਨਹੀਂ ਵਿੱਚ ਪਾਉਣੀ ਹੈ, ਇਹਨੂੰ ਰਹਿਣ ਦਿਉ ਤੁਸੀਂ। ਬਹੁਤ ਕੁਝ ਇਹੋ ਜਿਹਾ ਹੋਇਆ ਹੋਇਆ, ਧਰਮ ਹੇਤ ਵਾਲੀ ਗੱਲ ਬਣਾ ਤੀ ਵਾਰ ਵਾਰ, ਧਰਮ 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 ਕਿ ਅਰਦਾਸ ਤੋਂ ਬਾਅਦ ਇਹ ਪੜ੍ਹਨਾ ਜਾਇਜ਼ ਹੈ। ਹਾਂ, ਪੜ੍ਹ ਲੈਣਾ ਚਾਹੀਦਾ, ਬਹੁਤ ਅੱਛੀ ਗੱਲ ਹੈ। ਅਤੇ ਅਗਲੀ ਗੱਲ, ਆ ਕੁਝ ਹੋਰ ਸਵਾਲ ਨੇ ਜਿਹੜੇ 2 ਕੁ ਨੇ, ਬਸ ਮੈਂ ਸਮਾਪਤ ਕਰਨ ਲੱਗਿਆ। ਇਹ ਕੁਛ ਥੋੜ੍ਹੇ ਜਿਹੇ ਲੰਬੇ ਕਿਸਮ ਦੇ ਨੇ, ਪੜ੍ਹਨ 'ਚ ਟਾਈਮ ਲੱਗਦਾ। ਇੱਕ ਗੱਲ ਜਿਹੜੀ ਮੈਂ ਕਹਿ ਕੇ ਸਮਾਪਤ ਕਰਾਂ ਕਿ ਜਿਹੜੀ ਹੈ ਭਵਿੱਖ ਬਾਰੇ, ਆਪਾਂ ਕਹਿੰਦੇ ਨਾ ਅਗਲੇ ਜਨਮ 'ਚ ਆਹ ਗੱਲ ਹੋਣੀ ਹੈ ਜਾਂ ਪਿਛਲੇ ਜਨਮ 'ਚ ਆਹ ਹੋਊਗੀ, ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ। ਆਉਣ ਵਾਲੇ ਸਮੇਂ ਦਾ ਜੇ ਧਿਆਨ ਰੱਖਾਂਗੇ ਤਾਂ ਉਸ ਨੁਕਸਾਨ ਤੋਂ, ਉਸ ਟ੍ਰੈਜਡੀ ਤੋਂ ਆਪਾਂ ਬਚ ਜਾਵਾਂਗੇ। ਇੱਕ ਨਿੱਕੀ ਜਿਹੀ ਗੱਲ, ਮੇਰੀ ਬੇਟੀ ਇੰਗਲੈਂਡ 'ਚ ਰਹਿੰਦੀ ਹੈ, ਉਹ ਇੰਗਲੈਂਡ 'ਚ ਗੱਡੀ ਚਲਾਉਂਦੀ ਹੈ, ਅਤੇ ਜਦੋਂ ਪਟਿਆਲੇ ਮੇਰੇ ਕੋਲ ਆਈ ਇੱਕ ਦਿਨ, ਮੈਨੂੰ ਕਹਿੰਦਾ ਬੇਟਾ ਗੱਡੀ ਤੂੰ ਹੀ ਚਲਾ, ਮੈਂ ਥੱਕਿਆ ਹੋਇਆ। ਉਹ ਗੱਡੀ ਚਲਾਉਣ ਲੱਗ ਪਈ, ਬੜੀ ਸੋਹਣੀ ਗੱਡੀ ਚਲਾਈ, ਅੱਜ ਚੇਤੀ ਸੜਕ 'ਤੇ ਟੋਏ ਆ ਗਏ, ਠਾਹ ਠਾਹ ਗੱਡੀ ਟੋਇਆ ਜੀ ਵੱਡੀ, ਸਾਨੂੰ ਭੜਕਾ ਭੜਕਾ ਕੇ ਉਹਨੇ ਖੱਬੇ ਸੱਜੇ ਖੂਹ ਮਾਰਿਆ। ਮੈਂ ਕਿਹਾ ਬੇਟਾ ਇਹ ਕੀ ਕਰਦੀ ਹੈ ਭਰਾ, ਤੂੰ ਹੌਲੀ ਨਹੀਂ ਕਰ ਸਕਦੀ ਗੱਡੀ ਅਤੇ ਬ੍ਰੇਕ ਨਹੀਂ ਲਾ ਸਕਦੀ? ਕਹਿੰਦੀ ਡੈਡੀ ਗੱਲ ਇਹ ਹੈ, ਸਾਡੇ ਤਾਂ ਬ੍ਰੇਕ ਲਾਉਣ ਦਾ ਰਿਵਾਜ਼ ਹੀ ਨਹੀਂ ਹੈ ਉੱਥੇ। ਮੈਂ ਉਹ ਕਿਉਂ? ਕਹਿੰਦੀ ਜਦੋਂ ਟੋਏ ਨਹੀਂ ਹੈਗੇ ਤਾਂ ਬ੍ਰੇਕ ਕਿਉਂ ਲਾਉਣਾ ਅਸੀਂ, ਸੜਕਾਂ ਇੰਨੀਆਂ ਵਧੀਆ ਨੇ, ਟੋਏ ਹੈ ਨਹੀਂ, ਸਾਨੂੰ ਸੋਚਣ ਦੀ ਲੋੜ ਹੀ ਨਹੀਂ ਪੈਂਦੀ ਵੀ ਇੱਥੇ ਬ੍ਰੇਕ ਲਾਉਣਾ, ਅਸੀਂ ਤਾਂ ਬੱਤੀਆਂ 'ਤੇ ਜਾ ਕੇ ਰੋਕਦੇ ਹਾਂ। ਅਤੇ ਆਹ ਜਿਹੜੀ ਆਪਣੀਆਂ ਸੜਕਾਂ 'ਤੇ ਗੱਡੀ ਚਲਾਉਣ ਦਾ ਅਭਿਆਸ ਤੁਹਾਨੂੰ ਹੈ, ਸਾਨੂੰ ਨਹੀਂ ਹੈਗਾ ਇਹ ਸੜਕਾਂ 'ਤੇ ਗੱਡੀ ਚਲਾਉਣ ਦਾ।
ਤੋਂ ਸੱਚ ਮੁੱਜ ਇਸੇ ਤਰ੍ਹਾਂ ਸਾਨੂੰ ਨਾ ਜੇ ਇੱਕ ਕਦਮ ਵੀ ਬੇਧਿਆਨੀ ਨਾਲ ਅੱਗੇ ਨੂੰ ਤੁਰਾਂਗੇ ਤਾਂ ਲੱਤ ਬਾਂਹ ਤੜਾ ਬੈਠਾਂਗੇ। ਸੱਚ ਜਾਣੇ ਉੱਥੇ ਬੱਚੀਆਂ ਮੇਰੀਆਂ ਦੋਹਤੀਆਂ ਨਾਲ ਜਾਂਦੀਆਂ ਨੇ ਉਹਨਾਂ ਦੇ, ਉਹ ਬਾਹਰੋਂ ਕਦੀ ਤਾਂ ਕਹਿੰਦੇ ਮੇਰਾ ਗਿੱਟਾ ਮੁੱਸ ਗਿਆ, ਕਦੀ ਕਹਿਣਗੇ ਮੇਰਾ ਗੋਡਾ ਫੁੱਟ ਗਿਆ, ਮੇਰਾ ਪੈਰ ਤਿਲ ਗਿਆ, ਮੈਂ ਡਿੱਗੀ ਸੀ, ਕਿਉਂਕਿ ਉਹਨਾਂ ਨੂੰ ਬਚ ਕੇ ਚੱਲਣ ਦਾ ਸੁਭਾਅ ਹੀ ਨਹੀਂ, ਕਿਉਂਕਿ ਇੰਗਲੈਂਡ ਦੇ ਵਿੱਚ ਪਾਣੀ ਦੀ ਤਿਲਕਣ ਜਾਂ ਟੋਏ ਜਾਂ ਇਹੋ ਜਿਹਾ ਗੋਹਾ ਗੋਬਰ ਆਦਿ ਕਿਤੇ ਨਹੀਂ ਲੱਭਦਾ, ਆਰਾਮ ਨਾਲ ਤੁਰੇ ਜਾਂਦੇ ਨੇ। ਇਹ ਸੁਭਾਅ ਦੇ ਵਿੱਚ ਸ਼ਾਮਿਲ ਕਰੀਏ ਕਿ ਅਸੀਂ ਖਤਰਨਾਕ ਹਾਲਾਤ ਦੇ ਵਿੱਚੋਂ ਦੀ ਲੰਘ ਰਹੇ ਹਾਂ, ਜੇ ਸਾਵਧਾਨੀ ਨਾ ਰੱਖੀ ਤਾਂ ਅਸੀਂ ਡਿੱਗ ਪਵਾਂਗੇ, ਐਕਸੀਡੈਂਟ ਹੋ ਜਾਵੇਗਾ, ਵਪਾਰ 'ਚੋਂ ਘਾਟਾ ਪੈ ਜਾਵੇਗਾ, ਨੌਕਰੀ ਜਾਂਦੀ ਰਹੇਗੀ, ਬਿਮਾਰੀ ਲੱਗ ਜਾਵੇਗੀ। ਜੇ ਆਉਣ ਵਾਲੇ ਸਮੇਂ ਦੀ ਇੱਥੋਂ ਤੱਕ ਮੈਂ ਮਾਫ਼ੀ ਚਾਹੁੰਦਾ, ਇੱਥੇ ਤਾਂ ਆਮ ਸਧਾਰਨ ਜੇ ਸਰੀਰਾਂ ਵਾਲੇ ਭੈਣ ਭਰਾ ਬੈਠੇ ਨੇ, ਨਹੀਂ ਤਾਂ ਜਿਹਦੇ ਵੱਲ ਵੇਖੀ ਨਾ ਵਾਹਵਾ ਕੁਆਂਟਲ ਦੀ ਗੋਬਰ ਹੋਵੇ, ਅਤੇ ਮੈਂ ਸੱਚੀ ਉਹਦੀ ਸੋਚ ਰਿਹਾ ਵੀ ਹੋਰ ਸਿਆਣਪ ਦੀ ਗੱਲ ਇਹਦੇ ਕੋਲੋਂ ਕੀ ਆਪਾਂ ਆਸ ਕਰੀਏ, ਉਹ ਤਾਂ ਆਪਣੇ ਸਰੀਰ ਨੂੰ ਸੰਭਾਲਣ ਦਾ ਵੀ ਪਤਾ ਨਹੀਂ ਹੈ, ਕਿਉਂਕਿ ਜੋ ਕੁਆਂਟਲ ਦਾ ਸਰੀਰ ਆਪਣਾ ਕੀਤਾ ਬਹੁਤਾ ਖਾ ਕੇ ਹੋਇਆ, ਐਵੇਂ ਤਾਂ ਹੁੰਦਾ ਨਹੀਂ ਹੈ। ਅਤੇ ਜਿਹੜਾ ਬੰਦਾ ਖਾਈ ਜਾ ਰਿਹਾ ਕੁਆਂਟਲ ਦਾ ਭਾਰ ਕਰ ਲਿਆ, ਇਹਦਾ ਮਤਲਬ ਉਹਨੂੰ ਆਪਣੇ ਸਰੀਰ ਦੀ ਸੰਭਾਲ ਦਾ ਵੀ ਫਿਕਰ ਨਹੀਂ ਪਿਆ, ਹੋਰ ਕੀ ਫਿਕਰ ਕਰੂੰਗਾ। ਅਤੇ ਇਹ ਸਾਰਾ ਕੁਝ ਧਿਆਨ ਰੱਖਣਾ ਪੈਣਾ ਹਰੇਕ ਕੰਮ ਦੇ ਵਿੱਚ। ਜੇ ਭਵਿੱਖ ਦੀ ਰੂਪ ਰੇਖਾ ਠੀਕ ਢੰਗ ਨਾਲ ਉਲੀਕ ਕੇ ਚੱਲਾਂਗੇ ਤਾਂ ਕਾਮਯਾਬ ਹੋਵਾਂਗੇ, ਨਹੀਂ ਤਾਂ ਨਹੀਂ ਹੋਵਾਂਗੇ। ਤੋ ਇਸ ਤਰ੍ਹਾਂ ਇਹ ਜਿਹੜਾ ਆਵਾਗਮਨ 84 ਲੱਖ ਜੂਨਾ, ਇਹਨੂੰ ਇਸ ਪਾਸੇ ਲੈ ਲਈਏ ਕਿ ਸਾਵਧਾਨਤਾ ਦੀ ਲੋੜ ਹੈ। ਪਹਿਲਾਂ ਤਾਂ ਜਾਨਵਰ ਬਣ ਗਏ ਸੀ, ਪਤਾ ਨਹੀਂ ਕੀ ਬਣ ਗਏ ਸੀ, ਪਰ ਅੱਗੋਂ ਜਾਨਵਰ ਬਿਲਕੁਲ ਨਹੀਂ ਬਣਨਾ। ਫਿਰ ਫਾਹੀ ਫਾਸਾ ਕਊਆ, ਫਿਰ ਪਛਤਾਨਾ ਅਬ ਕਿਆ ਹੋਊਗਾ, ਫਾਥਾ ਚੋਗ ਚੋਗਾ ਨਹੀਂ ਬੁੱਝੈ, ਸਤਿਗੁਰ ਮਿਲੈ ਤਾਂ ਅੰਖੀ ਸੁਝੈ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਮੂਰਖ ਕਾਂ ਜਾਂ ਪੰਛੀ ਉਹ ਚੋਗ ਚੋਗਣ ਦੇ ਲਾਲਚ ਨਾਲ ਉਹ ਪਿੰਜਰੇ 'ਚ ਪੈ ਗਿਆ, ਅਤੇ ਪਿੰਜਰੇ 'ਚ ਬੈਠਾ ਨਾਲ ਤਾਂ ਚੋਗ ਚੁੱਕੀ ਜਾਂਦਾ, ਅਤੇ ਨਾਲੇ ਉਹਨੂੰ ਲੱਗਦਾ ਸ਼ਾਇਦ ਮੈਂ ਤਾਂ ਮੌਜਾਂ 'ਚ ਹੀ ਹੈ, ਚਲੋ ਬਿੱਲੀ ਤਾਂ ਨਹੀਂ ਖਾਵੇਗੀ ਨਾ, ਹੁਣ ਭਾਵੇਂ ਪਿੰਜਰੇ 'ਚ ਤਾਂ ਬਹਿ ਗਿਆ ਪਰ ਬਿੱਲੀ ਤੋਂ ਬਚ ਗਿਆ। ਅਤੇ ਉਹ ਉੱਥੇ ਬੈਠਾ, ਅਤੇ ਗੁਰੂ ਸਾਹਿਬ ਮਨੁੱਖ ਨੂੰ ਸਮਝਾ ਰਹੇ ਨੇ ਜਿਵੇਂ ਉਹ ਕਾਂ ਫਸ ਗਿਆ, ਪੰਛੀ ਫਸ ਗਿਆ, ਤੂੰ ਇਸੇ ਤਰ੍ਹਾਂ ਨਿੱਕੇ ਨਿੱਕੇ ਲਾਲਚਾਂ ਪਿੱਛੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ। ਫਿਰ ਫਾਹੀ ਫਾਸਾ ਕਊਆ, ਫਿਰ ਪਛਤਾਉਣਾ ਅਬ ਕਿਆ ਹੋਊਗਾ, ਜਦੋਂ ਫਸ ਹੀ ਗਿਆ ਅਤੇ ਹੁਣ ਪਛਤਾਉਣ ਦਾ ਫਾਇਦਾ ਕੀ ਹੋਇਆ, ਹੁਣ ਤਾਂ ਤੇਰਾ ਸਭ ਕੁਝ ਬਰਬਾਦ ਹੋ ਗਿਆ। ਫਾਥਾ ਚੋਗ ਚੁਗਾ ਨਹੀਂ ਬੁੱਝਿਆ, ਫਸ ਗਿਆ ਪਰ ਅਜੇ ਵੀ ਉੱਥੇ ਖਾਣਾ ਖਾ ਰਿਹਾ ਵੀ ਠੀਕ ਹੀ ਹੈ, ਚਲੋ ਸਾਰਾ ਕੁਛ। ਸਤਿਗੁਰ ਮਿਲੇ ਤਾਂ ਅੰਖੀ ਸੁਝਿਆ, ਜੇ ਉਹਨੂੰ ਗੁਰੂ ਮਿਲ ਜਾਵੇ ਭਾਵ ਕਿ ਗਿਆਨ ਦਾਤਾ ਗਿਆਨ ਦੇਣ ਵਾਲਾ ਸਤਿਗੁਰੂ ਮਿਲ ਜਾਵੇ ਅਤੇ ਉਹਨੂੰ ਪਤਾ ਲੱਗ ਜਾਏ ਇਹ ਪਿੰਜਰੇ 'ਚੋਂ ਮੈਂ ਨਿਕਲਣਾ ਕਿਵੇਂ ਹੈ ਜਾਂ ਅੱਗੋਂ ਪਿੰਜਰੇ 'ਚੋਂ ਬਚਣ ਦੇ ਸਾਧਨ ਕੀ ਨੇ, ਰਾਹ ਕੀ ਨੇ, ਉਹਨੂੰ ਇਹ ਸਮਝ ਆ ਜਾਵੇ, ਫਿਰ ਆਪਾਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਗੱਲ ਹੈ ਹਰ ਵਕਤ ਸਾਵਧਾਨਤਾ ਦੀ, ਚੇਤਨਤਾ ਦੀ। ਸੜਕ 'ਤੇ ਗੱਡੀ ਚਲਾ ਰਿਹਾ, ਇੱਕ ਸੈਕਿੰਡ ਅੱਖ ਝਪਕਣ ਦੇ ਸਮੇਂ ਵਿੱਚ ਗੱਡੀ ਟਕਰਾ ਜਾਂਦੀ ਹੈ, ਮਗਰੋਂ ਭਾਵੇਂ ਰੋਵੋ ਭਾਵੇਂ ਪਿੱਟੋ ਕਿ ਹੁਣ ਤਾਂ ਇਹ ਗੜਬੜ ਹੋਊਗੀ, ਉਦੋਂ ਮਗਰੋਂ ਕੁਛ ਨਹੀਂ ਬਣਨਾ। ਗਲਤੀ ਮੇਰੀ ਹੀ ਨਹੀਂ ਕੱਲੀ, ਦੂਜਾ ਗਲਤੀ ਕਰ ਰਿਹਾ ਉਦੋਂ ਵੀ ਬਚਣਾ ਕਿ ਗੱਡੀ ਕਿਸੇ ਦੀ ਡਿੱਗੋ ਡੋਲੇ ਖਾਂਦੀ ਆ ਰਹੀ ਹੈ, ਹੋ ਸਕਦਾ ਸ਼ਰਾਬੀ ਹੈ ਜਾਂ ਸੁੱਤਾ ਪਿਆ, ਦੂਜੇ ਦੀ ਗਲਤੀ ਦੇ ਕਾਰਨ ਵੀ ਮੇਰਾ ਨੁਕਸਾਨ ਹੋ ਸਕਦਾ, ਉਹਦੇ ਤੋਂ ਵੀ ਬਚਣਾ। ਹਰ ਵਕਤ ਧਿਆਨ ਰੱਖਣਾ ਤਾਂ ਆਪਾਂ ਜ਼ਿੰਦਗੀ 'ਚ ਬਚਾਂਗੇ, ਕਾਮਯਾਬ ਹੋਵਾਂਗੇ। ਜੇ ਕਿਤੇ ਬੇਧਿਆਨੇ ਹੋ ਗਏ ਤਾਂ ਇੱਕ ਸੈਕਿੰਡ ਵੀ ਲੱਗਣਾ ਔਲਾ ਹੋ ਜਾਣੀਆਂ ਨਾਲ ਦੀ ਨਾਲ। ਇੰਨੇ ਵਚਨ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਇੰਦਰ ਸਿੰਘ ਜੀ ਘੱਗਾ ਦਾ, ਜਿਨ੍ਹਾਂ ਨੇ ਸਾਰੇ ਹੀ ਸਵਾਲਾਂ ਦਾ ਜਵਾਬ ਬੜੇ ਸੀਮਿਤ ਸਮੇਂ ਵਿੱਚ ਸੰਖੇਪ ਨਾਲ ਦਿੱਤਾ ਹੈ।